सारे कक्के पूरे है ये किसी पास उंगल नहीं तरहाउंदी जिवें कह नहीं दिंदे वी धरता उंगल ते दस्सियो ता कमेंट करके वी इह किहड़ी पासे तरहाउंदी है उंगल जमदियां नहीं बई पैदा करनियां औखियां ने बाकी ना इह जे मैं कहां बाजार च नहीं हैगी मंडी च नहीं हैगी ना वे ना 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 मारना कोई गल नहीं है ते जवानी आ तेनू तंग करना है ने तुम करके दिखा दे सिंह देखे की चीज आ ओरिजिनल सिंह एक नाल दा ऐ भी नहीं हैगा भी दो दो एक नाल दे ओए उपर चवाई वाली कोई बात दंदां जो किवें है इह खीरी है भाई अजे ओ तेरे सदके खीरी खीरी है भाई अजे 13 किलो दूध तैयार है ਜਮੀ ਸਰੀ ਲੀੜਾ ਦੇ ਦੋ ਡੰਗ ਚੋਵੇ ਚਾਰ ਡੰਗ ਚੋਵੇ ਦੰਦਾਂ ਚੋ ਖੀਰੀ ਖੀਰੀ ਆ ਬਾਈ 15 ਕਨਫਰਮ ਕਰ ਲਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸੰਧੂ ਡੇਰੀ ਫਾਰਮ ਤੇ ਲੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਮੰਡੀ ਡੱਲਾ ਜ਼ਿਲ੍ਹਾ ਜਗਰਾਉਂ ਲੈ ਮੰਡੀ ਦਾ ਨਾਮ ਇਹਦੇ ਨਾਲ ਤਾਂ ਜੋੜਤਾ ਕਿਉਂਕਿ ਹਾਂ ਜ਼ਿਲ੍ਹਾ ਲੁਧਿਆਣਾ ਹੈਨਾ ਤਹਿਸੀਲ ਜਗਰਾਉਂ ਮੰਡੀ ਦਾ ਨਾਮ ਇਹਦੇ ਨਾਲ ਤਾਂ ਜੋੜਤਾ ਕਿਉਂ ਅੱਜ ਲੋਕੇਸ਼ਨ ਸਾਨੂੰ ਐਂ ਲੱਗੂ ਵੀ ਆਪਾਂ ਕਿਸੇ ਮੰਡੀ ਪਹੁੰਚੇ ਹੋਏ ਹਾਂ ਤਾਂ ਡੱਲਾ ਪਿੰਡ ਤੋਂ ਵੀਡੀਓ ਬਣਾਉਣ ਲੱਗਿਆਂ ਦਿਖਾਵਾਂਗੇ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਝੋਟੀਆਂ ਇੱਕ ਨਹੀਂ ਦੋ ਨਹੀਂ ਪੂਰੀਆਂ 7 ਝੋਟੀਆਂ ਨੇ ਕੱਲੀ ਕੱਲੀ ਦੀ ਡਿਟੇਲ ਲਵਾਂਗੇ ਤੇ ਕੱਲੀ ਕੱਲੀ ਝੋਟੀ ਤੁਹਾਡੇ ਆਸ ਲੈਣ ਪੂਰੀ ਖਰੀਦਣ ਵਾਲੀ ਹਰੇਕ ਬੰਦੇ ਦੀ ਕਿਉਂ ਦੁੱਧ ਦੇ ਰਿਕਾਰਡ ਇਹਨਾਂ ਦੇ ਚੰਗੇ ਹੋਣਗੇ ਚੰਗੀ ਖਰੀਦ ਕਰਦਾ ਆਪਾਂ ਜਿਹੜੇ ਸੱਜਣ ਵਾਲੇ ਪਹੁੰਚਿਆ ਲੈ ਪਹਿਲਾਂ ਉਹਦੇ ਨਾਲ ਮਿਲਾ ਦਈਏ ਆ ਜਾਓ ਜੀ ਕੀ ਹਾਲ ਹੈ ਬਈ ਆਪਣੇ ਕਿਵੇਂ ਆ ਕਾਰੋਬਾਰ ਵਧੀਆ ਜੀ ਬਹੁਤ ਵਧੀਆ ਸੰਧੂ ਡੇਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਕਿ ਸਾਰੇ ਵੀਰ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ ਇਸ ਚੈਨਲ ਨੂੰ ਦੇਖਣ ਵਾਲੇ ਸਾਰਿਆਂ ਦੇ ਜਾਨਵਰ ਘਰ ਪਰਿਵਾਰ ਸਭ ਤੰਦਰੁਸਤ ਹੋਵੋਗੇ ਹਾਂ ਕਿਵੇਂ ਕਾਰੋਬਾਰ ਦੱਸ ਕਿਵੇਂ ਆ ਕਾਰੋਬਾਰ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਚੰਗਾ ਚੱਲਦਾ ਹੈ ਹਾਂ ਵਿੱਚ ਦੀ ਥੋੜਾ ਜਿਹਾ ਜਦੋਂ ਕਣਕ ਦੀ ਬੀਜ ਬਜਾਈ ਚੱਲਦੀ ਸੀਗੀ ਥੋੜਾ ਡਾਊਨ ਸੀਗਾ ਪਰ ਆਪਣਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਉਦੋਂ ਵੀ ਬਹੁਤ ਵਧੀਆ ਚੱਲਦਾ ਸੀ ਬਾਈ ਰੋਜ਼ ਦੀਆਂ ਇੱਕ ਦੋ ਖਰੀਦੀਆਂ ਵੀ ਸੀ ਤੇ ਵੇਚੀਆਂ ਵੀ ਸੀਗੀਆਂ ਹਾਂ ਹਾਂ ਨਾ ਨਾ ਆਪਣਾ ਉਹ ਸ਼ਖਸ ਹੈ ਜਿਹਦੇ ਨਾਲ ਆਪਣੇ ਚੈਨਲ ਨੂੰ ਵੀ ਥੋੜੀ ਗਰੋਥ ਮਿਲੀ ਹੈ दिल नूं के पूरी जिंदगी इन्हां सज्जणां दे नाल साथ निभावांगे जिहड़े वीर भरा बाहर बैठे भी ऑफरां करदे ने भी बाई जी दसो तुहानूं की चाहीदा तुहानूं कोई चीज दसो की चाहीदी है ਕਾਦੀ ਘਾਟ ਹੈ ਤੁਹਾਡੇ ਕੋਲੇ ਕੀ ਕਮੀ ਹੈ ਪਰ ਪਰਮਾਤਮਾ ਦੀ ਕਿਰਪਾ ਨਾਲ ਬਾਈ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋਇਆ ਵਧੀਆ ਨਜ਼ਾਰੇ ਲੈ ਰਹੇ ਸ਼ੌਕ ਦੇ ਨਾਲ ਪੂਰੇ ਨਾ ਨਾ ਆਪਣਾ ਜੇ ਮੈਂ ਕਹਾ ਜਦੋਂ ਸ਼ੁਰੂ ਸ਼ੁਰੂ ਚ ਕੰਮ ਆਪਣੇ ਚੈਨਲ ਦਾ ਚੱਲਿਆ ਸੀਗਾ ਉਦੋਂ ਇਸ ਸੱਜਣ ਦੀਆਂ ਵੀਡੀਓ ਕਰੀਆਂ ਤੇ ਵਧੀਆ ਉਹੀ ਗੱਲ ਆ ਯਾਰ ਪਟੜੀ ਤੇ ਚੜ ਜਾਂਦੀਆਂ ਨਾ ਕੋਈ ਵੀ ਚੀਜ਼ ਜਦੋਂ ਉਹੀ ਗੱਲ ਆ ਫਿਰ ਜੇ ਆਪਾਂ ਉਹੇ ਉਹਨਾਂ ਬੰਦਿਆਂ ਨੂੰ ਆਪਾਂ ਨਜ਼ਰ ਅੰਦਾਜ਼ ਕਰ ਦਈਏ ਜਿਹੜੇ ਬੰਦਿਆਂ ਕਰਕੇ ਆਪਾਂ ਥੋੜਾ ਜਿਹਾ ਅੱਗੇ ਆਇਆ ਹਨਾ ਫਿਰ ਉਹ ਵੀ ਗੱਲ ਗਲਤ ਹੋ ਜਾਂਦੀ ਹੈ ਤੇ ਅੱਜ ਕੈ ਦਿਖਾਵਾਂਗੇ ਆਪਣੇ ਆਪਾਂ ਅੱਜ ਬਈ ਜੀ ਆਪਣੇ ਕੋਲੇ 6 ਝੋਟੀਆਂ ਨੇ ਟੌਪ ਦੀਆਂ ਜਿਨ੍ਹਾਂ ਦੇ ਵਿੱਚ ਪਹਿਲੇ ਦੂਜੇ ਔਰ ਤੀਜੇ ਸੂਏ ਤੱਕ ਦੀ ਹੈਗੀ ਹੈ ਜਿਹੜੀ ਬਰੀਡ ਮੋਹਰਾ ਨਸਲ ਦੀ ਆਪਣੇ ਕੋਲੇ ਇਸ ਵਿੱਚ ਤਿਆਰ ਵਰ ਤਿਆਰ ਹੈ ਦੁੱਧ ਤੇ ਤਿਆਰ ਨੇ ਝੋਟੀਆਂ ਤਾਜ਼ੀਆਂ ਸੂਈਆਂ ਵੀਆਂ ਨੇ ਹਫ਼ਤੇ ਤੋਂ 10 ਤੋਂ 15 ਦਿਨ ਕਿੰਨੇ ਦੁੱਧ ਤੋਂ ਕਿੰਨੇ ਦੁੱਧ ਤੱਕ ਦੁੱਧ ਬਾਈ ਜੀ ਤਕਰੀਬਨ ਆਪਣੇ ਕੋਲੇ ਸਾਰੀਆਂ 15 ਲੀਟਰ ਵਾਲੀਆਂ ਮੱਝਾਂ ਹੁੰਦੀਆਂ ਨੇ ਬਾਈ ਦੁੱਧ ਘੱਟ ਵਾਲੀ ਨਾ ਤਾਂ ਆਪਾਂ ਕਦੇ ਲਈ ਆ ਔਰ ਨਾ ਆਪਾਂ ਨੂੰ ਘਰੇ ਆਪਣੀ ਜਿਹੜਾ ਕੋਈ ਡਾਈਟ ਪਲਾਨ ਆਪਾਂ ਵਰਤਦੇ ਆ ਬਾਈ ਕੋਈ ਜਿੰਨੀ ਸੇਵਾ ਕਰਦੇ ਆ ਜੋ ਸਮਾਂ ਮਹਿੰਗਾਈ ਦਾ ਦੁੱਧ ਘੱਟ ਵਾਲੀ ਬਾਰਾ ਵੀ ਨਹੀਂ ਖਾਂਦੀ ਮੈਂ ਸਮਝਦਾ ਵੀ ਅੱਗੇ ਵੀ ਮੈਂ ਕਈ ਵਾਰੀ ਵੀਰਾਂ ਨਾਲ ਗੱਲ ਕਰਦਾ ਹੁੰਦਾ ਵੀ 15 ਤੋਂ ਘੱਟ ਦੁੱਧ ਵਾਲੀ ਬਾਈ ਜਿਹੜੀ ਉਹ ਬੰਦੇ ਨੂੰ ਖਾਂਦੀ ਆ ਔਰ ਜਿਹੜੀ 15 ਪਲੱਸ ਵਾਲੀ ਆ ਉਹਨੂੰ ਬੰਦਾ ਖਾਂਦਾ ਨਾ ਨਾ ਠੀਕ ਆ ਇਧਰਲੇ ਪਾਸੇ ਸ਼ੁਰੂ ਕਰਾਂਗੇ ਐਂਡ ਤੱਕ ਦੇਖਾਂ ਜਿਹੜੀ ਲਾਸਟ ਤੇ ਝੋਟੀ ਖੜੀ ਆ ਨਾ ਉਹੋ ਤੁਸੀਂ ਆਪ ਕਹੋਗੇ ਵੀ ਬਾਕੀ ਇਹ ਨਗੀਨਾ ਬਈ ਨੂੰ ਕਹਿਣ ਨੂੰ ਤਾਂ ਆਪਾਂ ਦੇਖ ਹਰੇਕ ਦੇ ਘਰੇ ਜਾਂਦੇ ਆ ਚਲ ਕਹਿ ਤਾਂ ਦਿੰਨੀ ਆ ਮੰਡੀ 'ਚ ਵੀ ਕਹਿ ਦੇਣੇ ਵੀ ਟੌਪ ਦਾ ਨਗੀਨਾ ਜਾਂ ਐਵੇਂ ਆ ਜਿਹੜਾ ਅਸਲ ਰੀਅਲ 'ਚ ਟੌਪ ਜਿਹੜਾ ਤੁਸੀਂ ਆਪ ਮੰਨੋਗੇ ਵੀ ਹਾਂ ਬਾਕੀ ਇਹ ਟੌਪ ਦਾ ਨਗੀਨਾ ਲੈ ਕਮੈਂਟ ਜ਼ਰੂਰ ਤੁਸੀਂ ਕਰਕੇ ਦੱਸਿਓ ਵੀ ਹਾਂ ਯਾਰ ਇਹ ਨਗੀਨਾ ਕਹਿਣ ਦਾ ਹੱਕਦਾਰ ਹੈਗਾ ਕਿ ਨਾ ਉਹ ਆਪਾਂ ਤੁਹਾਨੂੰ ਲਾਸਟ 'ਚ ਦਿਖਾਵਾਂਗੇ ਲੈ ਇੱਧਰਲੇ ਪਾਸੇ ਪਹਿਲੇ ਨੰਬਰ ਤੋਂ ਕਰਦੇ ਆ ਸ਼ੁਰੂ ਲੈ ਬਲੌਰੇ ਤੋਰੀ ਦਾ ਘੇਰਾ ਇਹਨੂੰ ਬਾਈ ਬਲੌਰੇ ਦੀ ਵੀ ਮਨਜ਼ੂਰ ਕਰ ਲਿਓ ਤੇ ਕਮੈਂਟ ਕਰਕੇ ਮੜੇ ਆ ਬਲੌਰੇ ਦਾ ਵੀ ਨਾਮ ਵਿੱਚ ਲਿਆ ਕਰੋ ਜਿਵੇਂ ਆਪਣੇ ਤਾਂ ਨਹੀਂ ਕਹਿੰਦੇ ਵੀ ਆਪਣਾ ਤਾਂ ਦੇਖ ਆਲਮੋਸਟ ਰਹਿੰਦੀ ਆ ਕਮੈਂਟਾਂ 'ਚ ਇਹਦਾ ਵੀ ਕਰ ਦਿਓ ਨਾ ਸਾਫ ਸੁਥਰੀ ਆ ਬਈ ਪਿੱਛੇ ਦੀ ਸਾਫ ਸੁਥਰੀ ਆ ਜੂਮ ਕਰ ਲਿਆ ਕਰ ਇੱਥੇ ਖੜਿਆ ਖੜਿਆ
ਠੀਕ ਆ ਠੀਕ ਆ ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ ਮੋੜ ਲਿਆ ਇਹ ਆਮਨੇ ਕਿਹੜਾ ਸੂਆ ਬਈ ਇਹ ਬਾਈ ਜੀ ਤੀਜੇ ਸੂਏ ਸੂਈ ਹੋਈ ਆ ਹਾਂ ਕਹਿਣ ਨੂੰ ਚਾਹੇ ਦੂਜਾ ਕਹਾ ਲੈ ਇਹਨੂੰ ਚਾਹੇ ਆਪਾਂ ਦੂਜਾ ਕਹਿ ਦਈਏ ਬਾਈ ਹਾਂ ਕਹਾ ਤਾਂ ਜੇ ਦੂਜਾ ਲੈ ਭਾਨੋ ਨਾਂ ਨਾਲ ਜਾਣੀ ਜਾਂਦੀ ਆ ਇਹ ਹੈ ਭਾਨੋ ਹਾਂਜੀ ਹਾਂ ਇਹ ਆ ਦੁੱਧ ਇਹ ਤਕਰੀਬਨ ਅੱਜ ਥੋੜਾ ਜਿਹਾ ਮੇਲਾ ਮੈਂ ਦੇਖਿਆ ਨਹੀਂ ਮਾਰਿਆ ਹੋਇਆ ਹਾਂ 12 13 ਦਿਨ ਹੋ ਗਏ ਨੂੰ ਸੂਈ ਨੂੰ ਠੀਕ ਆ ਤੇ ਦੁੱਧ ਬਾਈ ਇਹਦੇ ਥੱਲੇ ਕੋਈ 13 ਤੋਂ 14 ਲੀਟਰ ਤਿਆਰ ਹੋਊਗਾ ਹੁਣ ਹੁਣ 13 ਤੋਂ 13 ਹੀ ਮੰਨ 13 ਹੀ ਮੰਨ ਲਓ ਬਾਈ ਕਿਉਂ ਘੱਟੇ ਕਹਿਣਾ ਠੀਕ ਰਹਿੰਦਾ ਬਿਲਕੁਲ ਬਿਲਕੁਲ ਹਾਂ ਜਿੰਨਾ ਆਪਾਂ ਦੇ ਦਈਏ ਥੱਲੇਵੇ ਦੀ ਧਾਰ ਬਹੁਤ ਹੋਈਆ ਤੇਦਾ ਰੇਟ ਕੀ ਰਹੂਗਾ ਧਾਰ ਬਹੁਤ ਪੋਲੀ ਹੈ ਬਾਈ ਥਣਲੇਵਾ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਕਰਮਾ ਵਾਲੀ ਨੂੰ ਨਾ ਨਾ ਉਹ ਤਾਂ ਦਿਖੀ ਜਾਂਦਾ ਥਣ ਥਣ ਵਿੱਚੀ ਤੇ ਇਹੋ ਜੀ ਗੱਲ ਨਹੀਂ ਹਾਂਜੀ ਹਾਂਜੀ ਤੇ ਇਹਦਾ ਬਾਈ ਰੇਟ ਹੈਗਾ 1 ਲੱਖ ਰੁਪਇਆ 95000 ਰੁਪਏ ਦੀ ਝੁੱਟ ਜਿਦਾਈ ਆਪਾਂ ਜੀ ਅੱਛਾ ਹਾਂਜੀ ਨਾ ਚੱਲਣੀ ਚੱਲ ਅੱਜ ਦੇਖਾ ਐਨ 6 ਵਜੇ ਨਾਲੇ ਚੱਲੀ ਮੈਂ ਕਿਹਾ ਬਾਈ ਮੁੱਲ ਜਮਾ ਬਰਾਬਰ ਹੀ ਕਰਨੇ ਆਪਾਂ ਪਹਿਲਾਂ ਵੀ ਬਰਾਬਰ ਹੀ ਕਰਦੇ ਹੁੰਦੇ ਆ ਜਿਹੋ ਜਿਹਾ ਪਸ਼ੂ ਹੁੰਦਾ ਆਪਣੇ ਕੋਲੇ ਬਾਈ ਮੇਰਾ ਡਿਪੈਂਡ ਹੁੰਦਾ ਬਾਈ ਮੇਰੀ ਖਰੀਦ ਦੇ ਉੱਤੇ ਹਾਂ ਕਿਉਂਕਿ ਵਪਾਰੀਆਂ ਦਾ ਕੰਮ ਆ ਜਿਹੜਾ ਬਾਈ ਜਿਹੜਾ ਵਪਾਰੀ ਦਾ ਮੁਨਾਫਾ ਹੁੰਦਾ ਉਹਦੀ ਖਰੀਦ ਦੇ ਵਿੱਚ ਹੁੰਦਾ ਵੀ ਉਹਨੇ ਖਰੀਦਣਾ ਜਾਨਵਰ ਕਿਹੋ ਜਿਹੇ ਭਾਅ ਨਾਲ ਆ ਤੇ ਜਾਨਵਰ ਦਾ ਮੁੱਲ ਸਿਰਫ ਇਹ ਨਹੀਂ ਹੁੰਦਾ ਵੀ ਕੋਈ ਲੱਖ ਵਾਲੀ ਕਿਤੇ 1.5 ਲੱਖ ਦੇ ਮੁੱਲ 'ਚ ਨਹੀਂ ਵਿਕਦੀ ਔਰ 1.5 ਲੱਖ ਵਾਲੀ ਕਿਸੇ ਵਪਾਰੀ ਨੂੰ 1 ਲੱਖ ਰੁਪਏ 'ਚ ਨਹੀਂ ਮਿਲਦੀ ਹੁੰਦੀ ਬਾਈ ਇਹਨੂੰ ਕਿੰਨੇ ਦਿਨਾਂ ਦਾ ਸੂਆ ਹੋਊਗਾ ਇਹਨੂੰ ਬਾਈ ਤਕਰੀਬਨ ਮੇਰੇ ਹਿਸਾਬ ਦੇ ਨਾਲ ਵੀ 15 ਦਿਨ ਤੋਂ ਅੰਦਰ ਹੀ ਹੋਣਗੇ ਹਜੇ ਮਗਰ ਇਹਦੇ ਬੱਚੀ ਕੱਟੀ ਆ ਠੀਕ ਆ ਚੰਗੀ ਆ ਕੱਟੀ ਵੀ ਬਹੁਤ ਜ਼ਿਆਦਾ ਦੀ ਹਾਂ ਔਰ ਮੱਝ ਵੀ ਬਹੁਤ ਚੰਗੀ ਆ ਹੋਰ ਕਰਦੇ ਮਨ ਤਾਂ ਲਾਸਟ ਤੇ ਨਿਮੇੜਦੇ ਕੰਮ ਨਿਮੇੜਦੇ 90000 ਦੀ ਦੇ ਦਾਂਗੇ ਬਾਈ ਉਹਦੇ ਵਿੱਚੋਂ ਕੋਈ ਛੋਟ ਛੱਪਾ ਕਰ ਦਿਆਂਗੇ ਐਂ ਦਾ ਹਾਂ ਹਾਂ ਦੁੱਧ ਜਾਨੀ 15 2000 ਛੋਟ ਕਰ ਦਾਂਗੇ 90 ਚ ਮਾਰ ਲਿਓ ਟੱਕਰ ਇਹਦੇ ਨਾਲ ਇਹੀ ਗੱਲ ਨਹੀਂ ਹਾਂ ਲਵਾਂਗੇ 15 ਕਿਲੋ ਦੇ ਦੂਗੀ ਬਾਈ ਵੇਚਣ ਵਾਸਤੇ ਆ ਕੱਕਰੇ ਨਾ ਐ ਨਾ ਕਹਿ ਵੀ ਹਾੜੀ ਤੱਕ ਵੇ ਹੁਣੇ ਨਿਬੜ ਜੇ ਕੰਮ ਇਹ ਹਜੇ ਰੇਟ ਕਰ ਲਿਆ ਆਪਾਂ ਜਮਾ ਬਰਾਬਰ ਹੀ ਕੀਤਾ ਔਰ ਕਦੇ ਮੈਨੂੰ ਲੱਗਦਾ ਵੀ ਆਪਾਂ ਕਦੇ ਇਹ ਮੁੱਲ ਤੇ ਮੱਝ ਵੇਚੀ ਵੀ ਹੈ ਨਹੀਂ ਜੋ ਕੰਮ ਕਰਨ ਲੱਗੇ ਠੀਕ ਆ ਤੇ ਆ ਵੀ ਤੁਰ ਬਲੋ ਰੇ ਦੂਜੇ ਨੰਬਰ ਵਾਲਾ ਦਿਖਾ ਬਾਈ ਆਦਾ ਬਾਈ ਤੂੰ ਨਾ ਪਤਾ ਕਰਦੀ ਦਾ ਬਾਈ ਦਿਖਾ ਦਿਖਾ ਇਹਨੂੰ ਦਿਖਾ ਤੂੰ ਖੜੀ ਨਹੀਂ ਤਾਰੀਫ ਨਾ ਕਰ ਇਹਨੂੰ ਤੋੜ ਕੇ ਤੋੜ ਤੇ ਤੋੜ ਕੇ ਵੀ ਦੇਖੀ ਤਾਰੀਫ ਉਹ ਹੁੰਦੀ ਆ ਜਿਹਦੀ ਲੋਕ ਕਮੈਂਟਾਂ ਨਾਲ ਕਰਨ ਨਾ ਬਾਈ ਜੀ ਆਪਦੇ ਮੂੰਹੋਂ ਮਿੱਠੂ ਦਾ ਹਰੇਕ ਬਣਦਾ ਇਹਨੂੰ ਲਿਆ ਇਹਨੂੰ ਕਿੱਧਰ ਲਈ ਜਾਣਾ ਜਾਊਗਾ ਵੀਰ ਜੀ ਐਂ ਦੀ ਚੱਲ ਮੈਂ ਕਹਿੰਦਾ ਬਹਿਵਣਾ ਮਨ ਬੀਬੀ ਕੋਈ ਚੀਜ਼ ਦੀ ਹੁੰਦੀ ਆ ਬਾਈ ਨਾ ਨਾ ਆਪਦੇ ਮੂੰਹੋਂ ਦਾ ਹਰੇਕ ਕਹਿੰਦਾ ਜੇ ਤੈਨੂੰ ਲੋਕ ਕਹਿਣਗੇ ਨਾ ਫੇਰ ਆ ਫੇਰ ਮੰਨਾਂਗੇ ਹਾਂ ਨਾ ਚੀਜ਼ ਤਾਂ ਠੀਕ ਆ ਬਾਈ ਲਾਈ ਤਾਂ ਕਿਰਨ ਨੇੜੇ ਲਾ ਦੇ ਜੂਮ ਇੱਥੋਂ ਕਰ ਲੈ ਇੱਥੋਂ ਕਰ ਲੈ ਕਰਦੇ ਰੋਟੀ ਦਾ ਨਾ ਕੋਈ ਮੁੱਲ ਹੀ ਹਾਂ ਹਾਂ ਠੰਡੀ ਤੇ ਸਕੀਨ ਨਾ ਨਾ ਠੀਕ ਆ ਸਕੀਨੀ ਦਾ ਕੋਈ ਨਾ ਪੁੱਛ ਬਾਈ ਗੱਲ ਕਰੇ ਥੋੜਾ ਜਿਹਾ ਹੁਣ ਥੋੜਾ ਸਿੰਗ ਜੇ ਕਰਵਾ ਲੈ ਬਸ 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 ਬਈ ਆਪਾਂ ਕਦੇ 2 ਨੰਬਰ ਦੀ ਬਿਊਟੀ ਵਾਲਾ ਕੰਮ ਕੀਤਾ ਹੀ ਨਹੀਂ ਸੰਦੂ ਹਾਂ ਆਪਣੇ ਕੋਲੇ ਜਾਨਵਰ ਜਿਹੋ ਜਿਹਾ ਜਿਵੇਂ ਆਊਗਾ ਉਵੇਂ ਹੀ ਆਪਾਂ ਵੇਚਣਾ ਆਪਾਂ ਕਦੇ ਆਪਣੇ ਘਰੇ ਇਹਨਾਂ ਦੀ ਕੋਈ ਤਿਆਰੀ ਨਹੀਂ ਕਰਵਾਈ ਨਾ ਕਦੇ ਮਿਸਤਰੀ ਤੋਂ ਨਾ ਕਿਸੇ ਕਾਰੀਗਰ ਤੋਂ ਨਾ ਕਿਸੇ ਡਾਕਟਰ ਤੋਂ ਅੱਛਾ ਤੇ ਇਹਦੇ ਥੱਲੇ ਆਪਣੇ ਕਿੰਨਾ ਦੁੱਧ ਹੈ ਬਾਈ ਇਹ ਬਾਈ ਇਹ 9 ਲੈਣ ਦੇ ਵਿੱਚ ਹੈਗੀ ਹੈ ਰਾਣੀ ਜਿੰਦਾ ਅੱਛਾ ਬਹੁਤ ਜ਼ਿਆਦਾ ਦੁੱਧ ਹੁੰਦੀ ਹੈ ਦੂਜੇ ਸੂਏ ਸੂਈ ਹੈ ਬਾਈ ਇਹ ਹਾਂ ਅੱਜ ਸਵੇਰੇ ਇਹ ਬੋਲੇ ਚੋਂ ਖਾਲੀ ਕਰੀ ਆਪਾਂ ਠੀਕ ਆ ਇਹ ਝੁੱਟੀ ਅੱਜ ਤੀਜਾ ਦਿਨ ਹੋਇਆ ਨੂੰ ਸੂਈ ਨੂੰ ਬਾਈ ਠੀਕ ਆ ਪਹਿਲੇ ਸੂਏ ਦਾ 15 ਕਿਲੋ ਦੁੱਧ ਰਿਕਾਰਡ ਹੋ ਗਿਆ ਹਾਂ ਇੱਥੇ ਹੋ ਜਾ ਕਰ ਕੰਮ ਲਾ ਤੇ ਫੇਰ ਬਈ ਇਹਦਾ ਹੁਣ ਉਮੀਦ ਆ ਵੀ ਇਹ ਕੋਈ 12 ਤੋਂ 13 ਲੀਟਰ ਦੁੱਧ ਤੋਂ ਇਹ ਸਟਾਰਟ ਹੋਊਗੀ ਔਰ 16 17 ਕਿਲੋ ਦੁੱਧ ਦੀ ਇਹਦੇ ਤੋਂ ਉਮੀਦ ਆ ਬਾਈ ਆਪਾਂ ਨੂੰ ਹਾਂ ਔਰ ਬਹੁਤ ਚੰਗੀ ਝੁੱਟੀ ਆ ਬਾਈ ਅੱਛਾ ਕਦੋਂ ਸੂਈ ਆ ਇਹ ਪਰਸੋਂ ਸੂਈ ਆ ਪਰਸੋਂ ਸੂਈ ਆ ਜੇ ਬੋਲੇ ਹੀ ਸਾਫ ਆ ਹਾਂਜੀ ਬੋਲੇ ਚੋਂ ਸਾਫ ਅੱਜ ਹੀ ਸਵੇਰੇ ਕੀਤੀ ਆ ਇਹ ਕਿੰਨੇ ਰੁਪਈਆਂ ਦੀ ਜੇ ਇਹ ਬਾਈ ਇਹ ਜਦੋਂ ਮੈਂ ਛੋਟ ਪਿਛਲੇ ਦੇਖੀ ਸੀਗੀ ਨਾ ਆਹ ਪਿੱਛੇ ਜੇ ਤਕਰੀਬਨ 20 ਦਿਨ ਪਹਿਲਾਂ ਮਹੀਨਾ ਪਹਿਲਾਂ ਬਹੁਤ ਜ਼ਿਆਦਾ ਚੰਗੀ ਤਿਆਰੀ ਦੇ ਵਿੱਚ ਸੀਗੀ ਇਹ ਅੱਜ ਤਾਂ ਹੁਣ ਤਕਰੀਬਨ ਸੱਜਣਾ ਨੂੰ ਦੇਖਣ ਨੂੰ ਨਹੀਂ ਚੰਗੀ ਲੱਗਦੀ ਹੋਣੀ ਬੋਲੇ ਤੋਂ ਖਾਲੀ ਕਰਕੇ ਠੀਕ ਆ ਔਰ ਥਣ ਲੇਵਾ ਜੋ ਇਹਦੀ ਧਾਰ ਹੈ ਬਾਈ ਜਿੰਨੀ ਇਹ ਬਣਦੀ ਹੈ ਦਵਾਈ ਦੇ ਟਾਈਮ ਨੂੰ ਤੇ ਅਮਰੀਕਨ ਬੈੜ ਲੱਗਦੀ ਹੁੰਦੀ ਹੈ ਇਹ ਖੜੀ ਠੀਕ ਆ ਠੀਕ ਆ ਥਣ ਤੂੰ ਤਾਂ ਦੇਖ ਹੀ ਲਏ ਹੋਣੇ ਸੱਜਣਾ ਨੇ ਠੀਕ ਆ ਇਹ ਬਾਈ ਜੀ ਮੁੱਲ ਤਾਂ ਇਹਦਾ ਆਪਾਂ ਜਿੰਨਾ ਮਰਜ਼ੀ ਕਰ ਲਈਏ ਹਾਂ 1,35,000 ਦੀ ਝੋਟੀ ਦੇ ਦਾਂਗੇ ਇਹ ਜੀ ਅੱਛਾ 17 ਕਿਲੋ ਦੁੱਧ ਹੀ ਕੋਈ ਬੰਦਾ ਉੱਠ ਤੇ ਕੋਈ ਗਾਰੰਟੀ ਤੇ ਲੈ ਜਾਏ ਜੇ ਕਿਸੇ ਸੱਜਣ ਨੇ ਚੋਕੇ ਲੈ ਕੇ ਜਾਣੀਆਂ ਤੇ ਅੱਜ ਤੋਂ 1 ਹਫ਼ਤੇ ਨੂੰ ਦੁੱਧ ਦੇ ਥੱਲੇ 15 ਕਿਲੋ ਦਾ ਤਿਆਰ ਹੋ ਜਾਊਗਾ ਜੀ ਅੱਛਾ 10 ਦਿਨ ਦੇ ਅੰਦਰ 15 ਕਿਲੋ 1.35 1.35 ਦੀ ਹਾਂ ਤਿਆਰ ਵਾਲੀ ਨੂੰ ਮੰਨਾ ਅੱਜੇ ਜੀ ਅੱਜੇ ਵਿਕਦੀ ਅੱਜ ਆਪਣੀ ਬੋਲੇ ਚ ਵਿਕਦੀ ਅੱਜ ਕਿੰਨੇ ਪੈਸਿਆਂ ਦਾ ਹੋਊ ਕੇਸ ਅੱਜ 1,30,000 ਦੀ ਅੱਛਾ ਹਾਂਜੀ ਕਿ 5-7,000 ਤੂੰ ਤਿਆਰੀ ਤੇ ਵੀ ਲਾਵੇਂਗਾ ਹਾਂ ਤਾਂ ਹੀ ਕਹਿੰਨਾ ਬਈ ਆਪਾਂ ਮੁੱਲ ਸਾਰੇ ਪਸ਼ੂਆਂ ਦੇ ਉਹੋ ਜਿਹਾ ਹੀ ਕਰਦੇ ਹੁੰਦੇ ਆ ਵੀ ਅੱਜ ਦਾ ਮੁੱਲ ਇਹਦਾ 1.30 ਵੀ ਹੋਊਗਾ ਤੇ ਜਿੱਦੇ ਇਹ ਬਈ ਕੋਈ 10 ਦਿਨ 15 ਦਿਨ ਬਈ ਪਤਾ ਨਹੀਂ ਕਿੱਥੇ ਜਾਊਗੀ ਉਹਦੇ ਕਿਲੋ ਚਵਾ ਕੇ ਦਿੰਨੇ ਉਹ ਅੱਡ ਗੱਲ ਆ ਆ ਪਤਾ ਤੇਰੀ ਅੱਜ ਦੀ ਗੱਲ ਕਰਦੇ ਆ ਅੱਜ ਇਹਦਾ ਮੁੱਲ ਬਈ 1,30,000 ਰੁਪਏ ਦੀ ਦੇ ਦਾਂਗੇ ਤੁਰਤ ਦਾ ਲਿਪਿਆ ਦੇਖਾਂਗੇ ਤੁਰਤ ਦਾ ਹਾਂ ਉਹਦੇ ਵਿੱਚੋਂ ਆਪਾਂ ਕੋਈ ਛੋਟ ਛੱਪਾ ਕਰ ਦਿਆਂਗੇ ਸੱਜਣਾ ਨੂੰ ਹਾਂ ਨਾ ਕਰਾ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਤੀਜੇ ਨੰਬਰ ਵਾਲੀ ਵੀ ਤੁਰ ਆ ਜੀ ਓਏ ਸੰਧੂ ਲਿਆ 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 ਲਿਆ
परखू ने बंदे ओ भी देखणगे भी जत आली झोटी है इह जी गल नी क्वालिटी आली जिनू कहिंदे हुंदे आ इहदी क्वालिटी सिरे मूर ली आ इह करवाउंदी आ तेरे सामने तेन यह भी पता लग जू कि मुल कर दे रुपये लेने रुपये ना मेरे सामने तारे ने बाकी गल अड ना कई बार अगला चल ओहो हुंदा आपने दुद्ध किन्ना तैयार है उत्ते बोला जातीगा बेचण वाला सज्जन भी वीडियो अपनिया देखदा होगा उन्हूं भी पता लग जू भी आपां किन्नी कु कमाई करदे इहनां दे विचों ते किन्ने कु पैसे दी आपां लैंदे आ ते किन्ने कु पैसे दे भाव नाल बेचदे आ ठीक आ और राणो नाल आपां इहनूं बुलाउने आ जिद्दी दी आई आ इह आपणे अच्छा इह राणो थल्ले दुद्ध किन्ना दुद्ध दे थल्ले भाई अज 15 किलो तैयार होऊगा पूरा 14 ਤਿਆਰ 14 ਕਹਿ ਦਈਏ 14 ਮੰਨ ਕੇ ਸੱਜਣ ਵੀਰ ਆਪਣੇ ਨਾਲ ਸੌਦਾ ਕਰ ਲਿਆ 14 ਮੰਨ ਕੇ ਅਗਲਾ ਮੰਗਾ ਸਕਦਾ ਬਈ ਹਾਂ ਧਾਰ ਧੂਰ ਤਾਂ ਉਹਨਾਂ ਲੱਕੀ ਹੋਊਗਾ ਥਲ ਚੰਗਾ ਬਲੌਰ ਉਹਨੂੰ ਘੂਰ ਝੋਟੀ ਉੱਪਰ ਲਈ ਹਾਂ ਤੇ 1 ਲੱਖ 20 ਹਜ਼ਾਰ ਦੀ ਇਹ ਝੋਟੀ ਦੇ ਦਾਂਗ
ਪੈਸੇ ਤੇ ਕਿੰਨਾ ਤੇ ਖਰਚਾ ਪੈ ਗਿਆ ਹੂ ਉੱਪਰ ਆਪਾਂ ਨੂੰ ਗੱਡੀ ਦਾ ਕਿਰ ਦਾ ਘਰ ਤੇ ਲਿਆਉਣ ਦਾ ਹਾਂ ਤੇ 1,20,000 ਦੀ ਝੋਟੀ ਦੇ ਦਾਂਗੇ ਉਹਦੇ ਵਿੱਚੋਂ ਵੀ 14 ਕਿਲੋ ਦੁੱਧ 1,20,000 ਦੀ ਐ ਔਰ ਦੁੱਧ 16 ਕਿਲੋ ਦਊਗੀ ਬਾਈ ਇਹ ਨਾ ਦੇਊ ਰੰਗ ਬੰਨ ਦਿਖਾਈ ਤਾਂ ਕਿਰਨ ਦੇਖੀ ਦਿਖਾਈ ਉਹ ਜਿਹੜੇ ਸਾਈਡਾਂ ਤੇ ਬਾਹਰ ਦਿੰਦੇ ਆ ਸੱਜਣ ਬਿੱਲੀਆਂ ਨੂੰ ਇਹ ਕਰ ਦਿੰਦੇ ਉਹ ਤਾਂ ਸਾਰਿਆਂ ਨੂੰ ਪਤੀ ਆ ਵੀ ਕੀ ਨਾ ਸੰਭੀ ਦਾ ਕਾਰਨ ਹੁੰਦਾ ਬਾਈ ਜਿਨ੍ਹਾਂ ਦੇ ਘਰੇ ਮੱਝਾਂ ਦੇ ਗੋਹਾ ਲੱਗ ਜਾਂਦਾ ਜੰਮ ਜਾਂਦਾ ਸਾਈਡਾਂ ਤੇ ਖੀਲ ਬਣ ਜਾਂਦਾ ਜਦੋਂ ਆਪਾਂ ਪੱਟਦੇ ਆ ਨਾ ਪਿੱਛੇ ਤੋਂ ਦਿਖਾਇਆ ਕਿਹੜਾ ਇਹ ਤਾਂ ਫਿਰ ਤੁਸੀਂ ਆਪ ਮਹਾਰੇ ਆਪ ਕਹੋਗੇ ਵੀ ਜਾਤ ਝਲਕਦੀ ਹੈ ਝੋਟੀ ਚ ਜਾਤ ਕੁਆਲਿਟੀ ਨਾ ਪਸ਼ੂ ਜੋ ਸੀ ਦੇਸੀ ਪਣ ਤੇ ਪਿਓਰ ਜਾਤ ਚ ਜਿਹੜੇ ਸੱਜਣ ਪਰਖੂ ਨੇ ਉਹਨਾਂ ਨੂੰ ਪਤਾ ਵੀ ਕੀ ਚੀਜ਼ ਆ ਕਿ ਦੇਸੀ ਤੇ ਅਸਲ ਚ ਫਰਕ ਲੱਗਦਾ ਪਤਾ ਸਾਹਮਣੇ ਸਾਫ਼ ਸਿੱਧੂ ਸਾਹਿਬ ਹਾਂ ਅਮਰੀਕਨ ਗਾਂ ਦੀ ਤਾਂ ਧਾਰ ਹੋਊਗੀ ਉਹਨਾਂ ਦਾ ਧਾਰ ਤੇ ਧਾਰ ਜਦੋਂ ਤੂੰ ਚੁਵੇਂਗਾ ਨਾ ਜਾਂ ਕੋਈ ਮੇਰੀ ਮਾਤਾ ਜਾਂ ਕੋਈ ਮੇਰੀ ਭੈਣ ਨਾ ਨਾ ਜਦੋਂ ਚੋਊਗੀ ਨਾ ਰੂਹਾਂ ਖੁਸ਼ ਕਰ ਉਹ ਥਣ ਦੱਸਦਾ ਚਵਾਈ ਤਾਂ ਮੇਨ ਗੱਲ ਥਣ ਹੋਈ ਯਾਰ ਥਣ ਦੀ ਹੈ ਕੀ ਤਰੀਫ ਦੱਸਾਂ ਇਹ ਝੋਟੀ ਦੀ ਨਹੀਂ ਕੋਈ ਮੁੱਲ ਨਹੀਂ ਅੰਤੋਂ ਪਰੇ ਝੋਟੀ ਇਹ ਆਪਾਂ ਖਰੀਦੀ ਸੀ ਉਹਦੋਂ ਨੇ ਮੇਰੀ ਨਿਗਾਹ ਦੇ ਵਿੱਚ ਵੀ ਆਪਾਂ ਸਭ ਤੋਂ ਚੰਗੀ ਝੋਟੀ ਇਹ ਲਈ ਸੀਗੀ ਜਿਹੜਾ ਉਸ ਦਿਨ ਆਪਾਂ ਲਾਈਆਂ ਸੀ ਦੋ ਤਿੰਨ ਉਹਨਾਂ ਚੋਂ ਵਿਕ ਵੀ ਗਈਆਂ ਨਾ ਨਾ ਠੀਕ ਚੰਗੀ ਆ ਬਈ ਉਈ ਤਾਂ ਨਹੀਂ ਕਿਸੇ ਨੂੰ ਸਰਾਹਿਆ ਜਾਂਦਾ ਮਗਰ ਇਹਦੇ ਵੀ ਕੱਟੀ ਆ ਔਰ ਇਹ ਜਿਹੜੀ ਝੋਟੀ ਸੀਗੀ ਇਹਦੇ ਮਗਰ ਵੀ ਕੱਟੀ ਆ ਬਈ ਸਾਰੀਆਂ ਮਗਰ ਕੱਟੀ ਆ ਇਹਦੇ ਮਗਰ ਕੱਟੀ ਵੀ ਆ ਹਾਂਜੀ ਮਗਰ ਕੱਟੀ ਵੀ ਆ ਜੀ ਹਾਂ ਇਹਦੇ ਮਗਰ ਕੱਟੀ ਵੀ ਆ ਪਲੱਸ ਪੁਆਇੰਟ ਨਾ ਜਿਹੜੇ ਕੱਟੀ ਆ ਬਾਕੀ ਰੇਟ ਇਹਨੇ ਪਤਾ ਨਹੀਂ ਤਾਂ ਸਿਆਬ ਨਾਲ ਕਰਤਾ ਇਹਦਾ ਵੀ ਮੇਰੇ ਆ ਆਪਣੀ ਮੇਰੇ ਹੁੰਦੇ ਖਰੀਦੀ ਗਈ ਆ ਨਾ ਤਾਂ ਵੀ ਫਰਕ ਪੈਂਦਾ ਬੰਦੂ ਸਾਹਿਬ ਮੇਰਾ ਮੇਰੀ ਸੋਚ ਹੀ ਇਹ ਆ ਬਈ ਆਪਾਂ ਕੋਈ ਜ਼ਿਆਦਾ ਲੁੱਟ ਨਹੀਂ ਮਚਾ ਰੱਖੀ ਇਸ ਕੰਮ ਦੇ ਵਿੱਚ ਹਾਂ ਮੈਨੂੰ ਇਹ ਆ ਵੀ ਚੰਗੀਆਂ ਝੋਟੀਆਂ ਦਾ ਸੁਪਨਾ ਹਰ ਇੱਕ ਬੰਦੇ ਦਾ ਹੁੰਦਾ ਵੀ ਮੇਰੇ ਘਰੇ ਵੀ ਚੰਗਾ ਜਾਨਵਰ ਹੋਵੇ ਔਰ ਆਪਾਂ ਕਹਿੰਦੇ ਆ ਵੀ ਜੇ ਪ੍ਰਮਾਤਮਾ ਨੇ ਆਪਣੀ ਚੰਗੇ ਖਰੀਦਣ ਔਰ ਵੇਚਣ ਦੀ ਡਿਊਟੀ ਲਾਈ ਹੈ ਤੇ ਆਪਾਂ ਘਰ ਘਰ ਚੰਗਾ ਜਾਨਵਰ ਪਹੁੰਚਾ ਦਈਏ ਠੀਕ ਆ ਵੀ ਹਰੇਕ ਸੱਜਣ ਦੇ ਘਰੇ 15 ਕਿਲੋ ਵਾਲੀ ਮੱਝ ਖੜੀ ਹੋਵੇ ਔਰ ਖੜੀ ਵੀ ਹੋਵੇ ਤੇ ਆਪਾਂ ਨੂੰ ਯਾਦ ਵੀ ਕਰੇ ਅਗਲਾ ਚੋਣ ਵੇਲੇ ਵੀ ਪੈਂਦਾ ਪੈਣ ਵੇਲੇ ਚ ਹੋਵੇ ਉਦੋਂ ਵੀ ਯਾਦ ਕਰੇ ਤੇ ਤੜਕੇ ਉੱਠਣ ਵੇਲੇ ਚੋਵੇ ਉਦੋਂ ਵੀ ਯਾਦ ਕਰੇ ਨਾ ਯਾਦ ਤਾਂ ਤੈਨੂੰ ਕਰੂਗੀ ਜੇ ਸਿੱਧੇ ਲੋਟ ਨਹੀਂ ਕਰੂ ਅੱਜ ਬੱਤਾ ਜਾਂ ਤਾਂ ਮੰਝਾਂ ਵੇਚਣ ਵਾਲੇ ਨੂੰ ਕਰੀ ਲੈਂਦਾ ਅਗਲਾ ਹੋਰ ਵੀ ਤੇਰੇ ਮੂਹਰੇ ਪਲੀਜ਼ ਮਾੜੀ ਜੀ ਹਾਂ ਉਹ ਮੰਝਾਂ ਦਿਖਾ ਦੀ ਆਪਾਂ ਕੱਟਾ ਇੱਕ ਲੈ ਕੇ ਆਂਦਾ ਆਪਾਂ ਹਾਂ ਆਪਣੇ ਪੰਜਾਬ ਦੇ ਸਾਡੇ ਨੇੜੇ ਨੇੜੇ ਏਰਗੇ ਚ ਵੀ ਲੋਕੀ ਆਏ ਕਰਨ ਵੀ ਡੱਲੇ ਪਿੰਡ ਚ ਵੀ ਹੈਗੀਆਂ ਝੋਟੀਆਂ ਠੀਕ ਹੈ ਪਟੜੀ ਵੇਰ ਹੁਣ ਡੱਲੇ ਚ ਆਪਾਂ ਕੱਟਾ ਖਰੀਦਿਆ ਇੱਕ ਮੋਰਾ ਨਸਲ ਦਾ ਬਹੁਤ ਜ਼ਿਆਦੇ ਚੰਗਾ ਬਾਈ ਜੀ ਉਹ ਕਦੋਂ ਆਊਗਾ ਗੱਲੀ ਦਾ ਪੋਤਾ ਹੋ ਇੱਕ ਦੋ ਦਿਨਾਂ ਦੇ ਵਿੱਚ ਆ ਜਾਊਗਾ ਹਾਂ ਔਰ ਆਪਣੀ ਸੋਚ ਇਹ ਵੀ ਆ ਵੀ ਆਪਾਂ ਜੇ ਜਾਨਵਰ ਮੋਰਾ ਨਸਲ ਦੇ ਘਰ ਘਰ ਪੈਦਾ ਕਰਕੇ ਦੇਣੇ ਆ ਤਾਂ ਉਹ ਆਪਾਂ ਸਿਰਫ ਇਸ ਕਰਕੇ ਖਰੀਦਿਆ ਵੀ ਆਪਾਂ ਮਾੜੇ ਲੋਕਾਂ ਦੀਆਂ ਝੋਟੀਆਂ ਵੀ ਜਿਹੜੇ ਚੰਗੇ ਮਹਿੰਗੇ ਟੀਕੇ ਨਹੀਂ ਭਰਾ ਸਕਦੇ ਲਿਆ ਲਿਆ ਬਈ ਇਹ ਚੰਗੇ ਸਾਨਾਂ ਦੇ ਤੇ ਆਪਾਂ ਫ੍ਰੀ ਛੱਡਣਾ ਹਰੇਕ ਝੋਟੀ ਦੇ ਬਈ ਉਹ ਕਿਸੇ ਵਾਸਤੇ ਕੋਈ ਫੀਸ ਨਹੀਂ ਹੋਊਗੀ ਫ੍ਰੀ ਸੇਵਾ ਕਰਨੀ ਆ ਫ੍ਰੀ ਸੇਵਾ ਕਰਾਂਗੇ ਔਰ ਉਹਦੇ ਝੋਟੇ ਦੇ ਸਿੰਘ ਦੇ ਵਿੱਚ ਦੀ ਕੋਈ ਬੰਦਾ ਉਂਗਲ ਵੀ ਨਿਗਾ ਦੇਵੇ ਰੁਪਈਆ ਤਾਂ ਬਹੁਤ ਵੱਡੀ ਚੀਜ਼ ਹੁੰਦੀ ਹੈ ਬਹੁਤ ਜ਼ਿਆਦਾ ਚੰਗਾ ਇਹ ਆਵਨੇ ਕਦੋਂ ਸੂਈ ਆ ਬਾਈ ਇਹ ਸੂਈ ਆ ਬਾਈ ਅੱਜ ਪੰਜਵਾਂ ਦਿਨ ਹੋ ਗਿਆ ਇਹਨੂੰ ਹਾਂ
जेडे बंदे ने खरीदण वेले आपदी कमाई करनी की करना ते की लेना देना जदों ओ चीज बंदे दे दिमाग दे विच आ गई ओ पशु चो बंदा कदे घाटा नहीं खांदा बई ठीक है ठीक है पर आपां इह मैं सोच के लई सी कि बई इह झोटी 15 तों बाहर भी दुध दे सकदी है ਜਿਹੜੀ ਪੋਜੀਸ਼ਨ ਦੇ ਵਿੱਚ ਸੂਨ ਟਾਈਮ ਸੀਗੀ ਬਾਈ ਨਾ ਨਾ ਠੀਕ ਆ ਅੱਜ ਤਾਂ ਜਾਨੀ ਇਹ ਦੇਖਣ ਨੂੰ ਆਪਾਂ ਨੂੰ ਮਾਝੀ ਨਹੀਂ ਲੱਗਦੀ ਮੈਨੂੰ ਵੀ ਨਹੀਂ ਲੱਗਦੀ ਕਿੰਨੇ ਰੁਪਏ ਦੇਵਾਂਗੇ 1,15,000 ਰੁਪਏ ਚੋਂ ਇਹਦਾ ਮਾਨਤਾਨ ਕਰ ਦਾਂਗੇ ਬਾਈ ਆਪਾਂ ਬਹੁਤ ਜ਼ਿਆਦਾ ਚੰਗੀ ਝੋਟੀ ਕਰ ਦਾਂਗੇ ਮਾਨਤਾਨ ਕਰ ਦਾਂਗੇ ਮਾਨਤਾਨ ਆਪਾਂ ਤੁਹਾਨੂੰ ਦੱਸਿਆ ਸੰਧੂ ਸਾਹਿਬ ਆਪਣੇ ਮੁੱਲ ਬਰਾਬਰ ਹੀ ਹੁੰਦੇ ਆ ਆ ਲੈ ਆ ਕੇ ਰੱਬ ਲਾਰਾ ਸੰਧੂ ਸਾਹਿਬ ਘੋੜਿਆਂ ਤੋਂ ਬਾਅਦ ਚ ਹੁਣ ਇਹਨਾਂ ਦਾ ਨਸ਼ਾ ਲੱਗ ਗਿਆ ਤੇ ਹੁਣ ਬਲੌਰ ਨਾਲ ਤਕਰੀਬਨ ਆਪਣਾ ਇੰਨਾ ਪਿਆਰਾ ਵੀ ਰਾਤ ਨੂੰ ਵੀ ਬਲੌਰ ਮੇਰੇ ਕੋਲ ਹੀ ਪੈਂਦਾ ਘਰੇ ਨੀ ਮੈਨੂੰ ਪਰਖ ਹੈਗੀ ਹੈ ਨਾ ਪਿੰਡਾਂ ਚਮਕਦਾ ਉਈ ਤਾਂ ਨੀ ਕਹਿੰਦਾ ਇਹ ਸੰਧੂ ਸਾਹਿਬ ਕੁਆਲਿਟੀ ਬਹੁਤ ਜ਼ਿਆਦਾ ਹੈ ਖਾਣਕ ਨੋਟ ਜਿਹੜਾ ਲੱਗਿਆ ਪਰਖ ਹੋਈ ਹੈ ਜੀ ਇਹ ਨਾ ਨਾ ਚਮਕਦਾ ਪਿੰਡਾਂ ਦਾ ਕਾਂਚੀ ਆ ਇਹ ਵੀ ਅੱਜ ਸਵੇਰੇ ਬੋਲੇ ਤੋਂ ਖਾਲੀ ਕਰੀ ਧਾਰ ਧੂਰੇ ਦੀ ਵੀ ਇੱਕ ਨੰਬਰ ਆਊ ਹੈ ਨਾ ਮੈਂ ਕਹਿੰਦਾ ਪੋਸੀ ਨਾ ਜਿੰਨੀ ਕਹਿ ਲਈਏ ਹਜੇ ਤਾਂ ਮੱਝ ਨੂੰ ਜਿਹੜੀ ਦੇਖਣ ਨੂੰ ਲੱਗਦੀ ਆ ਵੀ ਹਜੇ ਤਾਂ ਅਗਰੇ ਇਮੇਜ ਦੇ ਵਿੱਚ ਆ ਇਹ ਤੇ ਚੰਗੀ ਤਰ੍ਹਾਂ ਜੇ ਕੋਈ ਪੱਠੇ ਖਾ ਕੇ ਵੀ ਕੁੱਖ ਨਹੀਂ ਭਰੀ ਹੋਈ ਝੋਟੀ ਨੇ ਨਾ ਨਾ ਚੰਗੀ ਆ ਬਈ ਇਹ ਝੋਟੀ ਆ ਔਰ ਦੁੱਧ ਨੂੰ ਵੀ ਜਾਨੀ ਮੇਰੇ ਹਿਸਾਬ ਦੇ ਨਾਲ ਵੀ ਇਹ 16 ਕਿਲੋ ਦੁੱਧ ਤੇ ਬੜੇ ਆਰਾਮ ਨਾਲ ਜਾਊਗੀ ਬਾਈ ਅੱਛਾ 15-16 ਟਪਾਊ ਇਹ ਪਾਊਗੀ ਬਾਈ ਇਹ ਅੱਛਾ ਇਹ 15-16 ਟਪਾਊਗੀ ਬੱਚਾ ਕੀ ਆ ਬੱਚਾ ਇਹਦੇ ਮਗਰ ਕੱਲੀ ਮਗਰ ਕੱਟਾ ਹੈ ਬਾਈ ਅੱਛਾ ਇਹਦੇ ਕੱਲੀ ਮਾਂ ਬਾਕੀ ਸਾਰੀਆਂ ਕੱਟੀਆਂ ਨੇ ਬਾਕੀ ਸਾਰੀਆਂ ਕੱਟੀਆਂ ਨੇ ਇਹਦਾ ਰੇਟ ਕੀ ਰਹੂਗਾ ਮੈਂ ਇਹ ਵੀ 1,15,000 ਰੁਪਏ ਦੀ ਹੁੰਦੀ ਸਾਹਿਬ ਜਿਹੜੀ ਚਰਚਾ ਚ ਵੀ ਰਹੂ ਇਹ ਵੀਡੀਓ ਚ ਵੀ ਕਹਿ ਲੋ ਚਾਹੇ ਨਗੀਨੀ ਕਹਿ ਲੋ ਚਾਹੇ ਕੁਛ ਕਹਿ ਲੋ ਉਹ ਆਪਾਂ ਤੁਹਾਨੂੰ ਦਿਖਾ ਦਈਏ ਲੈ ਦਿਖਾ ਕੇ ਮਾਨਤਾਨ ਵਾਲੀ ਗੱਲ ਸੰਧੂ ਸਾਹਿਬ ਇਹ ਹੁੰਦੀ ਹੈ ਇੱਕ ਕੱਲ ਮੇਰੇ ਕੋਲੇ ਸੱਜਣ ਆਏ ਕੋਈ ਉਂਗਲ ਨੀ ਧਰਾਉਂਦੀ ਜਿਵੇਂ ਕਹਿ ਨੀ ਦਿੰਦੇ ਵੀ ਧਰਤਾ ਉਂਗਲ ਤੇ ਦੱਸਿਓ ਤਾਂ ਕਮੈਂਟ ਕਰਕੇ ਵੀ ਇਹ ਕਿਹੜੀ ਪਾਸੇ ਧਰਾਉਂਦੀ ਆ ਉਂਗਲ ਸੰਧੂ ਸਾਹਿਬ ਇਹ ਜੇ ਹੀਰੇ ਘਰ ਘਰ ਨੀ ਜੰਮਦੀਆਂ ਨੀ ਬਾਈ ਪੈਦਾ ਕਰਨੀਆਂ ਔਖੀਆਂ ਨੇ ਬਾਕੀ ਨਾ ਇਹ ਜੇ ਮੈਂ ਕਹਾਂ ਬਾਜ਼ਾਰ ਚ ਨੀ ਹੈਗੀ ਮੰਡੀ ਚ ਨੀ ਹੈਗੀ ਨਾ ਓਏ ਨਾ 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 ਮਾਰਨਾ ਕੋਈ ਗੱਲ ਨੀ ਇਹ ਤੇ ਜਵਾਨੀ ਆ ਤੈਨੂੰ ਤੰਗ ਕਰਨਾ ਇਹਨੇ ਇਹਦੀ ਨਵੀਂ ਉਮਰ ਆ ਤੂੰ ਹੁਣ ਹੰਡਾਈ ਖੜਿਆ ਆ ਜਾ ਪੁੱਤ ਆ ਜਾ ਮੋੜ ਲਿਆ ਉਰੇ ਫੜਾ ਦੇ ਮੈਨੂੰ ਲਿਆ ਇਹਦੀ ਨਵੀਂ ਉਮਰ ਆ ਨਵੀਂ ਉਮਰ ਕਰ ਦੂ ਤੰਗ ਤੈਨੂੰ ਬਾਕੀ ਹੀਰੇ ਪੈਦਾ ਕਰ ਦੂ ਕੱਟਾ ਕੇ ਕੱਟੀ ਆ ਉਹਨੇ ਕੱਟੀ ਆ ਉਹ ਇਹੀ ਜਿਹੀ ਚੀਜ਼ਾਂ ਪੈਦਾ ਕਰਦੀਆਂ ਨੇ ਚੀਜ਼
अपने लवे शुरू ची हीर आई थी जा हीर आई है भाई। हां तकरीबन भी कोई 13 किलो त्यार। एक गल थानू होर दसदा ਵੀ ਇਹਦੇ ਸਿੰਘ ਤੇ ਕੋਈ ਸ਼ੈਣੀ ਨਹੀਂ ਲੱਗੀ ਹੋਈ। ਜੇ ਕਿਤੇ ਇਹਦਾ ਸਿੰਘ ਕਰਵਾਉਣ ਲੱਗ ਜਾਓ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇਹਦਾ ਸਿੰਘ ਕਿਹੋ ਜਿਹਾ ਬਣ ਜੀ। ਜੂਮ ਕਰਕੇ ਦਿਖਾ ਦੇ, ਜੂਮ ਕਰਕੇ ਦਿਖਾ ਦੇ ਸਿੰਘ ਦੇਖੇ ਕੀ ਚੀਜ਼ ਆ। ਰੀਜਨਲ ਸਿੰਘ ਇੱਕ ਨਾਲ ਦਾ, ਐਂ ਵੀ ਨਹੀਂ ਹੈਗਾ ਵੀ ਦੋ ਦੋ ਇੱਕ ਨਾਲ ਦੇ ਆ ਓਏ, ਬਹੁਤ ਜ਼ਿਆਦਾ ਦੋ ਇੱਕ ਨਾਲ ਦੇ ਆ। ਜਿਹੜੀ ਇਹਨੂੰ ਚਵਾਈ ਲੱਗੀ ਹੋਈ ਹੈ ਸੰਧੂ ਸਾਹਿਬ, ਮੈਂ ਤੱਕ ਹਜੇ ਮੱਝ ਨਹੀਂ ਚੋਈ ਕੋਈ ਬਈ, ਜਿਹੜੀ ਨੂੰ ਮੈਂ ਕਹਿੰਦਾ ਵੀ ਇਹ ਤੋਂ ਉੱਪਰ ਚਵਾਈ ਆ ਜਾਂਦੀ ਹੈ। ਆਪਣੇ ਦੰਦਾਂ 'ਚੋਂ ਕਿਵੇਂ ਆ ਇਹ? ਖੀਰੀ ਆ ਬਾਈ ਹਜੇ। ਓ ਤੇਰੇ ਸਦਕੇ ਖੀਰੀ, ਖੀਰੀ ਆ ਬਾਈ ਹਜੇ। 13 ਕਿਲੋ ਦੁੱਧ ਤਿਆਰ ਹੈ। ਜਮੀ ਸਰੀ ਲੀੜਾ ਦੇ ਦੋ ਡੰਗ ਚੋਵੇ, ਚਾਰ ਡੰਗ ਚੋਵੇ, ਦੰਦਾਂ 'ਚੋਂ ਖੀਰੀ ਖੀਰੀ ਆ ਬਾਈ। 15 ਕਨਫਰਮ ਕਰ ਲਾ। ਮੈਂ ਕਿਹਾ ਜੀ ਕੋਈ ਬੰਦਾ ਆ ਕੇ ਇਹਨੂੰ ਆ ਕੇ ਦੰਦ ਚੈੱਕ ਕਰ ਲਵੇ, ਬਾਅਦ 'ਚ ਸੌਦਾ ਕਰੇ ਆਪਣੇ ਨਾਲ। ਖੀਰੀ ਐਡੀ ਵੱਡੀ ਜੰਮ ਬਣਦੀ ਨਹੀਂ। ਮੈਂ ਕਿਹਾ ਬਾਈ ਘਰ ਘਰ ਇਹ ਜੀ ਜੰਮਦੀ ਨਹੀਂ ਤੇ ਨਾ ਇਹ 2 ਸਾਲ ਉਮਰ ਬਣਦੀ ਆ ਖੀਰੀ ਦੀ। ਮੈਂ ਕਿਹਾ ਸੰਧੂ ਸਾਹਿਬ ਵੀ ਜਿੰਨੀਆਂ ਚੰਗੀਆਂ ਮੰਡੀਆਂ ਨੇ ਆਪਣੇ ਪੰਜਾਬ ਦੇ ਵਿੱਚ, ਜ਼ਿਆਦਾਤਰ ਮੇਰੇ ਹਿਸਾਬ ਨਾਲ ਵੀ ਮਾਲਵਾ ਬੈਲਟ ਦੇ ਵਿੱਚ ਹੀ ਆਉਂਦੀਆਂ। ਧਨੌਲਾ ਹੋ ਗਈ, ਰਾਮਪੁਰਾ ਤੇ ਮੌੜ, ਮੌੜ ਇਹ ਤਿੰਨਾਂ ਮੰਡੀਆਂ ਦੇ ਵਿੱਚ ਇਹੋ ਜਿਹੀ ਇੱਕ ਅੱਧੀ ਹੁੰਦੀ ਹੈ ਇਹਦਾ ਮੁਕਾਬਲਾ ਕਰਨ ਵਾਲੀ ਸਾਰੀ ਮੰਡੀ ਦੇ ਵਿੱਚ ਕੋਈ। ਬਾਕੀ ਇੱਕ ਕ੍ਰਿਸ਼ਮਾ ਕਹਿ ਲਓ ਚਾਹੇ ਐਡੀ ਵੱਡੀ ਬਣਨਾ ਯਾਰ ਮੁਸ਼ਕਲ ਆ ਬਾਈ। ਖੀਰੀ ਬਣਾਇਆ ਤੇ ਖੀਰੀ ਕੱਟੀ ਦਾ ਦੁੱਧ ਵੀ ਜੇ ਕਹੀਏ, ਕਈ ਵਾਰੀ ਐਂ ਹੁੰਦਾ ਵੀ ਚੱਲ ਖੀਰੀ ਕੱਟੀ ਸੂ ਪੈਂਦੀ ਆ ਤੇ ਨਾ ਤਾਂ ਐਡਾ ਕੱਦ ਕਰਦੀ ਆ ਤੇ ਨਾ ਹੀ ਛੇਤੀ ਇੰਨਾ ਦੁੱਧ ਕਹਿਣਾ, 13 ਲੀਟਰ ਕਹਿਣਾ ਬਾਬੇ। ਮੈਂ ਕਿਹਾ ਸਾਊ ਸੀਲ ਵੀ ਇੰਨੀਆਂ, ਨਾ ਤਾਂ ਇਹਨੂੰ ਕੋਈ ਔਲ ਕਰਨ ਦਾ ਪਤਾ, ਨਾ ਇਹਨੂੰ ਲੱਤ ਚੱਕਣ ਦਾ ਪਤਾ। ਅਮਰੀਕਨ ਗਾਂਗੂ ਚਾਹੇ ਦਿਹਾੜੀ 'ਚ 4 ਵਾਰੀ ਬੱਚਾ ਛੱਡ ਲਓ ਇਹਨੂੰ। ਠੰਡੀ ਮੈਂ ਕਿਹਾ ਇੰਨੀ ਠੰਡੀ ਹੈ ਔਰ ਚੋਕੇ ਵੀ ਚਾਹੇ ਬੰਦਾ ਯਾਰ ਚਾਹੁੰਦਾ ਵੀ ਜੇ ਕੋਈ ਮੰਨ ਕੇ ਚੱਲੋ ਇਹੋ ਜੀ। ਜੇ ਖੀਰੀ ਕੱਟੀ 13-14 ਕਿਲੋ ਦੁੱਧ ਦਿੰਦੀ ਆ ਤਾਂ ਫਿਰ ਇਹ 20 ਤੇ ਇਹ ਜਾਊ ਬਈ। ਕੀ ਜੇ ਸੂਏ ਜਾ ਕੇ ਬਾਈ ਮੇਰੇ ਹਿਸਾਬ ਦੇ ਨਾਲ ਵੀ ਇਹ 20 ਤੋਂ ਬਾਹਰ ਹੋ ਜੂਗੀ। ਹਾਂ ਜੇ ਆਪਾਂ ਇੱਕ ਦੇ ਵਿੱਚ ਮੇਰੇ ਬਰਾਟ ਬਰੂਟ ਦਾ ਸੀਮਨ ਲੱਗਦਾ ਹਾਂ ਤਾਂ ਫਿਰ ਇਹਦੀਆਂ ਕੱਟੀਆਂ ਬਲੂਨ ਨੇ ਦੇਣੀ 20 ਕਿਲੋ ਬਰੀਡ ਕਰਨ ਵਾਲੀ ਇਹ ਬੰਬ ਕੱਢ ਦੂਗੀ। ਔਰ ਇਹ ਆਪਣੇ ਇੱਕ ਸੱਜਣ ਬੇਲੀ ਵਿੱਚਰ ਆਪਣਾ ਹਾਂ ਉਨੇ ਤੋਂ ਹਿਮਾਚਲ ਦੇ ਵਿੱਚ ਹਾਂ ਉਹ ਸੱਜਣ ਨੂੰ ਆਪਾਂ ਗਿਫਟ ਕਰੀਆ ਇਹ। ਅੱਛਾ ਇਹ ਹੋ ਗਈ। ਹਾਂਜੀ ਇਹ ਤਕਰੀਬਨ ਵੀ ਉਹਦੇ ਨਾਲ ਹੋਈ ਹੋਈ ਆ ਗੱਲਬਾਤ ਆਪਣੀ। ਉਹ ਵੀਰ ਕੋਲੇ ਭੇਜਣੀ ਆ, ਬਹੁਤ ਜ਼ਿਆਦਾ ਚੰਗਾ ਭਰਾ ਆਪਣਾ। ਆਪਣੇ ਨਾਲ ਚੰਗਾ ਤੇ ਉਹ ਜਿਹੜੇ ਸੱਜਣ ਤੇਰੀ ਵੀਡੀਓ ਦੇਖਣਗੇ ਫਿਰ ਉਹਨਾਂ ਨੂੰ ਕੀ ਜਵਾਬ ਦੇਵੇਂ? ਅੱਜ ਹੀ ਸਵੇਰੇ ਬਾਈ ਤਕਰੀਬਨ ਵੀ ਇਹਦੀ ਡੀਲ ਫਾਈਨਲ ਹੋ ਗਈ। ਜੇ ਹੁਣ ਤੂੰ ਐ ਕਹੇਂਗਾ ਵੀ ਮੈਂ ਤੈਨੂੰ ਹੋਰ ਲਿਆ ਕੇ ਦੇ ਦੂੰ, ਇਹੋ ਜਿਹੀ ਤਾਂ ਬਾਈ ਆਪਾਂ ਕਿਸੇ ਨਾਲ ਲਾਈ ਕਿਸੇ ਨਾ ਆਪਾਂ ਕਿਸੇ ਤੋਂ ਇਹੋ ਜੇ ਹੀਰੇ ਦੀ ਸਾਈ ਫੜੀਏ ਬਈ ਅਸੀਂ ਲੈ ਦਾਂਗੇ ਤੇ ਨਾ ਮੈਨੂੰ ਲੱਗਦਾ ਵੀ ਛੇਤੀ ਕਿਤੇ ਸਾਨੂੰ ਦੁਬਾਰੇ ਇਹੋ ਜਿਹਾ ਹੀਰਾ ਲੱਭਣਾ। ਨਾ ਨਾ ਇਹ ਕਹਿਣਾ ਤੈਨੂੰ ਮੈਂ ਕਿਤੇ ਕਿਸੇ ਨੂੰ ਪਵਾ ਲੈ ਵੀ ਤੁਸੀਂ ਸਾਈ ਸੰਧੂ ਸਾਹਿਬ ਇੱਕ ਪਲੂਨ ਕੱਟੀਏ ਇਹੋ ਜੀ ਹੈ ਬਈ ਜੇ ਇਹਨੂੰ ਕਿਤੇ ਚੋਂਦੇ ਬੰਦੇ ਤੇ ਕਿਸੇ ਦਾ ਬੀਹੀ ਦਾ ਗੇਟ ਖੜਕਣ ਲੱਗ ਜੇ ਰਾਹ ਵਾਲਾ ਤੇ ਬਾਲਟੀ ਥੱਲੇ ਛੱਡ ਕੇ ਜਾ ਕੇ ਗੇਟ ਖੋਲ ਕੇ ਆ ਕੇ ਬੰਦਾ ਦੁਬਾਰੇ ਥੱਲੇ ਬਹਿ ਜੇ ਤੇ ਆਉਂਦੇ ਨੂੰ ਇਹ ਨਹੀਂ ਹੋਊਗਾ ਵੀ ਇਹਦਾ ਪੈਰ ਬਾਲਟੀ 'ਚ ਪਿਆ ਹੋਊਗਾ। ਜੇ ਕਹਾਂ ਨਾ ਜਿਵੇਂ ਕਹਿ ਬਿਊਟੀ ਕੰਪੀਟੀਸ਼ਨ ਵੀ ਹੁੰਦੇ ਨੇ ਪਰ ਇਹਦੇ ਨੰਬਰ ਕਿਸੇ ਪਾਸੋਂ ਘੱਟ ਨਹੀਂ ਸਕਦਾ ਅਗਲਾ ਵੀ ਜੇ ਇਹਦੇ ਨੰਬਰ ਕਿਸੇ ਪਾਸੋਂ ਕੋਈ ਜੱਜ ਕੋਈ ਜੱਜ ਨੂੰ ਆਪਦੇ ਰਿੰਗ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦਾ ਜੇ ਇਹ ਬਿਊਟੀ ਕੰਪੀਟੀਸ਼ਨ ਲੜਨ ਚਲੀ ਜਾਵੇ ਝੋਟੀ। ਥੋੜੀ ਜਿਹੀ ਜੇ ਕਿਤੇ ਹੋਰ ਕਾਲੀ ਹੁੰਦੀ ਹਨਾ ਹੈ ਕਾਲੀ ਆ ਸੰਧੂ ਸਾਹਿਬ ਚਮੜੀ ਬਹੁਤ ਕਾਲੀ ਆ ਇਹ ਸਿਰਫ ਇੱਕ ਲੂਈ ਲਾਲ ਹੋ ਗਈ ਧੁੱਪ ਨਾਲ ਉੱਥੋਂ ਲੂਈ ਬਾਲ ਲਾਲ ਹੋ ਗਏ ਤੇ ਆਹੀ ਸਿਆਲਾਂ ਦੇ ਵਿੱਚ ਅੰਦਰ ਰਹਿ ਗਈ ਬਾਹਰ ਧੁੱਪੇ ਜਿਆਦਾ ਨਾ ਬੰਨੀ ਜਾਵੇ ਇਹ ਇੱਕ ਮਹੀਨੇ ਦੇ ਵਿੱਚ ਫਿਰ ਪਸ਼ੂ ਕਾਲੇ ਹੁੰਦੇ ਆ ਜ਼ਿਆਦਾ ਗਰਮੀ ਜਦੋਂ ਧੁੱਪ ਪੈਂਦੀ ਹੈ ਨਾ ਸਿੱਧੀ ਬਾਈ ਉਹਦੇ ਨਾਲ ਲਾਲ ਹੋ ਜਾਂਦੇ ਆ। ਕਾਲਾ ਘੋੜਾ ਹੋਵੇ ਧੁੱਪੇ ਬੰਨਿਆ ਜਾਵੇ ਉਹ ਵੀ ਲਾਲ ਹੋ ਜਾਂਦਾ 4-5 ਦਿਨਾਂ 'ਚ ਹੀ ਹੋ ਜਾਂਦਾ ਘੋੜਾ ਤਾਂ ਬਹੁਤ ਛੇਤੀ ਹੁੰਦਾ। ਨਾ ਨਾ ਠੀਕ ਆ ਔਰ ਧੁੱਪ ਤੇ ਉਹ ਜੇ ਸਰਦੀਆਂ 'ਚ ਆਪਾਂ ਨਾ ਪਸ਼ੂਆਂ ਨੂੰ ਧੁੱਪ ਲਗਾਉਂਦੇ ਤੇਲ ਲਾ ਕੇ ਤਾਂ ਆਟੋਮੈਟਿਕ ਚਮੜੀ ਥੋੜੀ ਕਾਲੀ ਬਣਦੀ ਆ ਪਰ ਉਹੀ ਗੱਲ ਆ ਜ਼ਿਆਦਾ ਤਾਂ ਬਰੀਡ ਨੇ ਬਣਨਾ ਬਈ ਉਹੀ ਗੱਲ ਆ ਉਸੇ ਦੇ ਰੰਗ ਚੰਗੇ ਆਉਂਦੇ ਨੇ। ਹੋਰ ਆਮਨੇ ਫਿਰ ਕੀ ਕਹਿਣਾ ਚਾਹੇਗਾ? ਮੈਂ ਕਹਿਣਾ ਬਾਈ ਇਹੀ ਸੱਜਣਾ ਬੇਲੀਆਂ ਨੂੰ ਵੀ ਜਿਹੜਾ ਵੀਰ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਜਾਂ ਕੋਈ ਦੁੱਧ ਤੇ ਕੰਮ ਕਰਨਾ ਚਾਹੁੰਦੇ ਆ ਤੇ ਘੱਟ ਤੋਂ ਘੱਟ ਜਾਣੀ 15 ਕਿਲੋ ਵਾਲੀ ਮੱਝ ਤੁਸੀਂ ਸੋਚ ਕੇ ਲਿਆ ਕਰੋ। ਇੱਦਾਂ ਥੱਲੇ ਵਾਲੀ ਤਾਂ ਬਾਈ ਆਪਣਾ ਖਰਚਾ ਹੀ ਨਹੀਂ ਪੂਰਾ ਕਰਦੀ, ਖਲ ਫੀਡਾਂ ਦੇ ਰੇਟ ਆ ਜਿਹੜੇ ਉਹ ਤਾਂ ਅਸਮਾਨੀ ਤੁਰੇ ਫਿਰਦੇ ਆ ਔਰ ਦੁੱਧ ਦੀ ਬਾਈ ਇੰਨੀ ਕੁ ਬੇਕਦਰੀ ਕਰੀ ਹੋਈ ਹੈ ਸਰਕਾਰਾਂ ਦਾ ਕੋਈ ਧਿਆਨ ਹੀ ਹੈ ਨਹੀਂ ਇਸ ਚੀਜ਼ ਵੱਲ। ਮੈਂ ਸਮਝਦਾ ਵੀ ਜੇ ਦੁੱਧ ਦਾ ਰੇਟ 100 ਰੁਪਏ ਲੀਟਰ ਹੋ ਜਾਵੇ
ਤਾਂ ਹੋ ਸਕਦਾ ਵੀ ਪਸ਼ੂ ਪਾਲਣ ਵਾਲਾ ਕਿਸਾਨ ਵੀ ਕਦੇ ਕਾਮਯਾਬ ਹੋ ਜਾਏ ਔਰ ਜਿਹੜਾ ਕਵੇ ਵੀ ਹਾਂ ਮੈਂ ਵੀ ਚਾਰ ਮੱਝਾਂ ਰੱਖ ਕੇ ਘਰੇ ਆਪਦੇ ਪਰਿਵਾਰ ਦਾ ਜਿਹੜਾ ਤੋਰੀ ਫੁਲਕਾ ਚਲਾ ਸਕਦਾ ਔਰ ਅੱਜ ਦੇ ਸਮੇਂ ਦੇ ਵਿੱਚ ਬਾਈ ਜਿਹੜਾ ਸਰਕਾਰਾਂ ਨੂੰ ਵੀ ਅਣਦੇਖਿਆ ਕਰਿਆ ਗਿਆ ਸਾਡੇ ਧੰਦੇ ਨੂੰ ਔਰ ਦੁੱਧ ਜਿਹੜਾ ਲਾਗਤ ਆ ਮੇਰੇ ਹਿਸਾਬ ਨਾਲ ਵੀ ਚਾਰ ਗੁਣਾ ਜ਼ਿਆਦਾ ਆ ਪੈਦਾਵਾਰ ਬਹੁਤ ਘੱਟ ਹੈ ਦੁੱਧ ਦੀ ਅਤੇ ਬਣਾਉਟੀ ਦੁੱਧ ਪੀ ਪੀ ਕੇ ਆਪਣੇ ਮਨੁੱਖਤਾ ਦੇ ਵਿੱਚ ਕਿੰਨੀਆਂ ਬਿਮਾਰੀਆਂ ਆ ਗਈਆਂ ਬਾਈ ਬਿਮਾਰੀਆਂ ਬਾਕੀ ਨਾ ਸਰਕਾਰਾਂ ਨੂੰ ਹੋਰ ਤਾਂ ਕੋਈ ਬਾਹਲੀ ਉਹ ਮੰਗ ਨੀ ਬਸ ਤੁਸੀਂ ਕੱਲਾ ਬਨਾਉਟੀ ਦੁੱਧ ਬੰਦ ਕਰ ਦੋ ਦੁੱਧ ਦੇ ਰੇਟ ਤਾਂ ਆਪੇ ਆਪ ਹੋ ਜਾਣਗੇ ਬਾਈ ਉਹੀ ਨੀ ਹੈਗੀ ਲਾਗਤ ਬਹੁਤ ਆ ਦੁੱਧ ਦੀ ਪੈਦਾ ਨੀ ਹੈਗਾ ਹੁੰਦਾ ਇੰਨਾ ਦੁੱਧ ਬਿਲਕੁਲ ਆਪੇ ਜਦੋਂ ਨਾ ਦੁੱਧ ਦੇ ਰੇਟ ਹੋ ਗਏ ਆਪੇ ਨੌਜਵਾਨ ਡੈਰੀ ਫਾਰਮ ਕਰਨਗੇ ਉਹਨਾਂ ਨੂੰ 2 ਰੁਪਏ ਬਚਣਗੇ ਉਹਨਾਂ ਨੂੰ ਕਿੱਤਾ ਆਪੇ ਨਾ ਤੁਹਾਨੂੰ ਨੌਕਰੀਆਂ ਦੇਣ ਦੀ ਲੋੜ ਹੈ ਨੌਕਰੀਆਂ ਆਪਦੇ ਆਪੇ ਪੈਦਾ ਆਪਦੇ ਰੁਜ਼ਗਾਰ ਪੈਦਾ ਹੋ ਜਾਣਗੇ ਲੋਕਾਂ ਦੇ ਬਾਈ ਸਰਕਾਰਾਂ ਦੇ ਸਭ ਲਾੜੇ ਨੇ ਨੌਕਰੀਆਂ ਦੇਣ ਵਾਲੇ ਮੈਂ ਸਮਝਦਾ ਵੀ ਜਿਹੜਾ ਬੰਦਾ ਇਹਨਾਂ ਦੀ ਸੇਵਾ ਕਰਨ ਲੱਗ ਗਿਆ ਇਹਨਾਂ ਤੋਂ ਲੈ ਕੇ ਖਾਣ ਲੱਗ ਗਿਆ ਇਹਨਾਂ ਦੀ ਸੇਵਾ ਕਰਨ ਲੱਗ ਗਿਆ ਉਹ ਕਦੇ ਆਪਦੀ ਜ਼ਿੰਦਗੀ ਵਿੱਚ ਫੇਲ ਨਹੀਂ ਹੁੰਦਾ ਨੌਕਰੀਆਂ ਦੀ ਲੋੜ ਹੈ ਨਹੀਂ ਜੇ ਤੁਸੀਂ ਰੁਜ਼ਗਾਰ ਇਧਰੇ ਬਥੇਰਾ ਪੈਦਾ ਹੋ ਜੂ ਬਹੁਤ ਹੋ ਜਾਂਦਾ ਬਾਈ ਬਹੁਤ ਹੋ ਜਾਂਦਾ ਇਸ ਤੋਂ ਵਧੀਆ ਮੇਰੇ ਹਿਸਾਬ ਨਾਲ ਕੋਈ ਧੰਦਾ ਨਹੀਂ ਜਿਹਨੂੰ ਇਹਨਾਂ ਨਾਲ ਇਸ਼ਕ ਹੋ ਗਿਆ ਤੇ ਉਹ ਸਾਰੀ ਉਮਰ ਇਹ ਵੀ ਬੰਦੇ ਦਾ ਸਾਥ ਦਿੰਦੀਆਂ ਔਰ ਨਿਭਾਉਂਦੀਆਂ ਨੇ ਔਰ ਫਿਰ ਮੈਂ ਗੱਲ ਇੱਕ ਕਹਿਣੀ ਚਾਹੁੰਦਾ ਵੀ ਜਿਹੜੀ ਪਹਿਲੀ ਵੀਡੀਓ 'ਚ ਆਪਾਂ ਹੀਰ ਵੇਲੇ ਵੀ ਇਹ ਗੱਲ ਕਹੀ ਸੀ ਵੀ ਪਰ ਵਫਾ ਇਹ ਬਾਈ ਫਾਇਦਾ ਉਹ ਸੱਜਣ ਨੂੰ ਹੋਊਗਾ ਜਿਹਦੇ ਪਰਿਵਾਰ ਦੇ ਵਿੱਚ ਸਭ ਨੂੰ ਸ਼ੌਂਕ ਹੋਊਗਾ ਜਿਹੜੇ ਸੱਜਣ 'ਚ ਜਿਹੜੇ ਕਿਸੇ ਘਰ ਦੇ ਵਿੱਚ ਆਪਣੇ ਕਿਸੇ ਨੇ ਪੁੱਤ ਨੇ ਰੱਖੀਆਂ ਤਾਂ ਇਹਨਾਂ ਨੂੰ ਪਿਓ ਗਾਲਾਂ ਕੱਢਦਾ ਕਿ ਜੇ ਪਿਓ ਨੇ ਰੱਖੀਆਂ ਤਾਂ ਪੁੱਤ ਗਾਲਾਂ ਕੱਢਦਾ ਉਹ ਘਰ ਦੇ ਵਿੱਚ ਕੰਧਾਂ ਖਾ ਜਾਂਦੀਆਂ ਬਾਈ ਉੱਥੇ ਕੋਈ ਮਫਾ ਕੋਈ ਜਾਨਵਰ ਵੀ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਜੇ ਤੁਹਾਡੇ ਪਰਿਵਾਰ ਦੇ ਵਿੱਚ ਸ਼ੌਂਕ ਹੈ ਉਹ ਉਹੀ ਗੱਲ ਹੈ ਵੀ ਚਾਹੇ ਤੁਸੀਂ ਕਾਂ ਰੱਖ ਲਓ ਤੁਹਾਨੂੰ ਕਾਵਾਂ ਦੇ ਵਿੱਚ ਵੀ ਨਫਾ ਹੋਊਗਾ ਜਾਨਵਰਾਂ ਦੇ ਨਾਲ ਇਸ਼ਕ ਮੁਹੱਬਤ ਕਰਨੀ ਪੈਂਦੀ ਇਹਨਾਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਰਾਤਾਂ ਨੂੰ ਬੈਠ ਬੈਠ ਕੇ ਅਸੀਂ ਬਾਈ 2-2 ਘੰਟੇ ਬਾਅਦ ਮੈਂ ਤੇ ਬਲੌਰ ਰਾਤ ਨੂੰ ਵੀ ਜਦੋਂ ਜਾਗ ਆ ਜੇ ਅਸੀਂ ਕੁਰਸੀ ਡਾ ਕੇ ਇਹਨਾਂ ਦੇ ਵਿੱਚ ਬਹਿ ਜਾਂਦੇ ਹਾਂ ਕਿ 1-1 ਵਜੇ ਅਸੀਂ ਇਹਨਾਂ ਦੇ ਬਹਿ ਕੇ ਮਾਲਸ਼ਾਂ ਕਰਦੇ ਰਹਿੰਦੇ ਹਾਂ ਫੇਰ ਕਿਤੇ ਜਾ ਕੇ ਬਾਈ ਇਹ ਇਹਨਾਂ ਨੇ ਸਾਨੂੰ ਜਿਹੜੀ ਦੁਨੀਆ ਦਿਖਾਈ ਆ ਬਾਈ ਇਹ ਕਦੇ ਆਪਾਂ ਸੋਚਿਆ ਨਹੀਂ ਸੀਗਾ ਵੀ ਜਿੱਥੇ ਅੱਜ ਇਹਨਾਂ ਨੇ ਪਹੁੰਚਾਤਾ ਵੀ ਇਸ ਸਟੇਜ 'ਤੇ ਕਦੇ ਜਾਵਾਂਗੇ ਜਾਂ ਕੋਈ ਐਡੀ ਦੁਨੀਆ ਦੇ ਵਿੱਚ ਐਡਾ ਨਾਮ ਬਣੂਗਾ ਕਿਤੇ ਮੰਡੀ 'ਚ ਜਾਵਾਂਗੇ ਅਤੇ ਜਾਂ ਕਦੇ ਹੋਰ ਬਾਹਰ ਅੰਦਰ ਜਾਵਾਂਗੇ ਵੀ ਲੋਕ ਗੱਡੀ ਤੁਰੀ ਜਾਂਦੀ ਦੇਖ ਕੇ ਵੀ ਹੱਥ ਖੜਾ ਕਰ ਲੈਣਗੇ ਵੀ ਬਾਈ ਅਮਨਾ ਜਾਂਦਾ ਡੱਲੇ ਤੋਂ ਅਤੇ ਇਹ ਦਿਨ ਬਾਈ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਧੂ ਡੇਅਰੀ ਫਾਰਮ ਚੈਨਲ ਦੀ ਮਿਹਰਬਾਨੀ ਦੇ ਨਾਲ ਆਏ ਨੇ ਪਰਮਾਤਮਾ ਦੀ ਨਾਲ ਕਿਸੇ ਦਾ ਕੋਈ ਕੁਛ ਨਹੀਂ ਕਰ ਸਕਦਾ ਬਿਲਕੁਲ ਬਾਈ ਇਹ ਪਰਮਾਤਮਾ ਦੀ ਨਿਗਾਹ ਸਿੱਧੀ ਚਾਹੀਦੀ ਆ ਵੀ ਜੀ ਨਾ ਤਾਂ ਕੋਈ ਕਿਸੇ ਨੂੰ ਚੜਾ ਸਕਦਾ ਨਾ ਕੋਈ ਲਾ ਸਕਦਾ ਜੇ ਤਾਂ ਵੀ ਸੰਧੂ ਡੇਅਰੀ ਫਾਰਮ ਚੈਨਲ ਆ ਜਿਹੜਾ ਮੇਰੇ ਸਿਰ ਤੇ ਹੀ ਚੱਲਦਾ ਤੇ ਜਿਹੜਾ ਆਪਾਂ ਇਹ ਖਾਊਗਾ ਬਾਈ ਨਾ ਇਹ ਆਪ ਦਾ ਉਹੀ ਗੱਲ ਹੈ ਆਟੋਮੈਟਿਕ ਕਿਸੇ ਵੀ ਬੰਦੇ ਨੇ ਕੋਈ ਮਿਹਨਤ ਉਹਦੀ ਆਟੋਮੈਟਿਕ ਝਲਕ ਲਈ ਆ ਅੱਜ ਨਾ ਹੁਣ ਜਿਵੇਂ ਕਮੈਂਟਾਂ ਦੀ ਗੱਲ ਕਰ ਲਈ 2-4 ਦੇ ਮੈਂ ਕਮੈਂਟ ਵੀ ਪੜ੍ਹੇ ਅੱਜ ਆਪਾਂ ਉਹਦੇ ਪਿੰਡ ਬਿਜਲੀ ਲੰਘ ਕੇ ਆਏ ਆਪਣੇ ਸੱਜਣ ਅਮਨ ਲੋਪੋ ਦੇ ਪਿੰਡ ਬਿਜਲੀ ਉਹ ਵਿੱਚ ਕਹਿੰਦੇ ਆ ਬਾਈ ਤੂੰ ਅਮਨ ਲੋਪੋ ਦੀ ਕਾਪੀ ਕਰਦਾ ਉਹ ਕਾਪੀ ਤਾਂ ਉਹੀ ਗੱਲ ਹੈ ਤੁਸੀਂ ਦੇਖਦੇ ਜਾਓ ਜੇ ਆਪਣੀਆਂ ਕਾਪੀਆਂ ਨਾ ਕਰਨ ਲਾ ਤੇ ਲੋਕ ਹੈ ਨਾ ਤੁਸੀਂ ਆਪ ਕਿਹਾ ਕਰੋਗੇ ਜਦੋਂ ਇਹੀ ਉਡੀਕਦੇ ਆਪਾਂ ਕਾਪੀ ਕਰਨਾ ਵੀ ਜਿਹੜਾ ਪੰਜਾਬ ਦੇ ਵਿੱਚ ਜਿਹਨੇ ਜਨਮ ਲਿਆ ਉਹ ਪੰਜਾਬੀ ਸਾਰੇ ਸਾਡੇ ਭਰਾ ਹੀ ਨੇ ਤੇ ਭਰਾ ਹੀ ਭਰਾ ਦੀਆਂ ਕਾਪੀਆਂ ਕਰਦਾ ਹੁੰਦਾ ਹਾਂ ਹਾਂ ਤੇ ਉਹ ਮੈਂ ਸਮਝਦਾ ਬਈ ਜਿੱਦਾਂ ਮੈਨੂੰ ਬਥੇਰੇ ਲੋਕਾਂ ਨੇ ਫੋਨ ਵੀ ਕਰਿਆ ਵੀ ਬਾਈ ਤੂੰ ਅੰਮ੍ਰਿਤਪਾਲ ਦੀ ਸੋਚ ਤੇ ਬੜੀਆਂ ਗੱਲਾਂ ਕਰਦਾ ਬਹੁਤ ਉਹਨਾਂ ਬਾਰੇ ਹਰੇਕ ਵੀਡੀਓ ਦੇ ਵਿੱਚ ਬੋਲਦਾ ਮੈਂ ਅੱਜ ਵੀ ਕਹਿੰਦਾ ਵੀ ਜਿੱਥੇ ਵੀ ਸਾਡਾ ਭਰਾ ਉਹ ਸਾਡੇ ਪੰਥ ਦਾ ਮੋਢੀ ਬਣ ਕੇ ਚੱਲਿਆ ਜਿੱਥੇ ਵੀ ਉਹ ਪਹੁੰਚਦਾ ਹੁੰਦਾ ਉਹਦਾ ਵੱਧ ਚੜ੍ਹ ਕੇ ਸਾਥ ਦਿਆ ਕਰੋ ਨੌਜਵਾਨ ਵੀਰਾਂ ਨੂੰ ਬੇਨਤੀ ਆ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਅੰਮ੍ਰਿਤ ਨਹੀਂ ਛਕਿਆ ਤਾਂ ਅੰਮ੍ਰਿਤਪਾਲ ਸਿੰਘ ਦੇ ਨਾਲ ਨਹੀਂ ਤੁਰ ਸਕਦੇ ਸੋ ਇਹ ਜੋ ਸਰਕਾਰਾਂ ਨਾਲ ਮੱਥਾ ਲਾਉਣ ਨੂੰ ਸਾਡਾ ਵੀਰ ਅੱਗੇ ਹੋ ਕੇ ਤੁਰਿਆ ਸਾਡਾ ਮੋਢੀ ਬਣ ਕੇ ਅਤੇ ਉਹਦਾ ਸਾਥ ਜ਼ਰੂਰ ਦੇਵਾਂਗੇ ਬਾਈ ਜਿੱਥੇ ਵੀ ਸਾਡੇ ਭਰਾ ਨੂੰ ਸਾਡੀ ਲੋੜ ਹੋਊਗੀ ਤੇ ਕੁਰਬਾਨੀਆਂ ਦੇਣ ਵਾਲੇ ਸੱਜਣਾਂ ਦੇ ਵਿੱਚ ਪਹਿਲੇ ਨੰਬਰ ਤੇ ਹੋਵਾਂਗੇ ਬਾਈ ਮੂਹਰੋਂ ਕਦੇ ਭੱਜਣ ਵਾਲਿਆਂ ਚੋਂ ਨਹੀਂ ਆਪਾਂ ਨਾ ਕਦੇ ਉਹ ਜੀ ਮਾਂ ਦੀ ਕੁੱਖੋਂ ਜਨਮ ਲਿਆ ਬਲੌਰ ਵੀ ਨਾਲ ਜਾਊ ਬਲੌਰ ਵੀ ਨਾਲ ਹੀ ਜਾਊਗਾ ਨਾ ਨਾ ਬਲੌਰ ਵੀ ਨਾਲ ਹੀ ਜਾਊਗਾ ਠੀਕ ਹੈ ਬਈ ਹੈ ਸੱਜਣਾ ਫਿਰ ਸੱਜਣ ਜੀ ਅਸੀਂ ਜਿੰਨਾ ਵੀ ਹਾਲ ਤਾਈ ਉਸ ਨੂੰ ਲਿਆ ਕੇ ਵੇਚਿਆ ਜਾਂ ਆਪਾਂ ਸਾਰੇ ਵੀਰਾਂ ਨੂੰ ਆਪਦੇ ਜਾਣੇ ਬਹੁਤ ਘੱਟ ਰੇਟ ਤੇ ਕਰਕੇ ਤੇ ਚੰਗੀ ਚੀਜ਼ ਲਿਆ ਕੇ ਸਾਡਾ ਵੀ ਮਾਲਕ ਤੰਦਰੁਸਤੀ ਨਾ ਨਾ ਮਾੜਾ ਕਹਾਉਣ ਨੂੰ ਕਾਹਨੂੰ ਕਿਸੇ ਦਾ ਜੀ ਕਰਦਾ ਕਈ ਵਾਰੀ ਦੇਖੋ ਆਪਾਂ ਬਹੁਤ ਵਾਰੀ ਵੀਡੀਓ 'ਚ ਕਿਹਾ ਵੀ ਆ ਵੀ ਬਾਈ ਜੀ ਜੇ ਕੋਈ ਸਾਡਾ ਜਾਨਵਰ ਜ਼ਿਆਦਾ ਮਾੜਾ ਨਿਕਲਦਾ ਤੇ ਉਹਨੂੰ ਤੁਸੀਂ ਮੇਰੇ ਨੂੰ ਫੋਨ ਕਰਕੇ ਲਾਂਭਾ ਨਾ ਦੇਵੋ ਚੜਾ ਕੇ ਮੇਰੇ ਕੋਲ ਘਰੇ ਲੈ ਆਓ ਵੀ ਬਾਈ ਕਰ ਦਾਂਗੇ ਹੱਲ ਕੰਪਰੋਮਾਈਜ਼ ਕਰ ਲਾਂਗੇ ਕੰਪਰੋਮਾਈਜ਼ ਕਰ ਲਾਂਗੇ ਬਾਈ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਕਦੇ ਲੰਬਾ ਆਇਆ ਨਹੀਂ ਬਾਈ ਠੀਕ ਹੈ ਜੀ ਹਾਂ ਇੱਕ ਹੋਇਆ ਸੀਗਾ ਮਨਸੂਰ ਵਾਲੇ ਬਾਪੂ ਨਾਲ ਮੈਂ ਹਰੇਕ ਵੀਡੀਓ 'ਚ ਦੱਸਦਾ ਹੁੰਦਾ ਔਰ ਉਹ ਝੋਟੀ ਆਪਾਂ ਉੱਤਰਾਖੰਡ ਭੇਜੀ ਬਾਪੂ ਦੇ ਸਾਹਮਣੇ ਕੋਲੇ ਬੈਠਿਆਂ ਤੇ ਫੋਨ ਲਾਇਆ ਵੀ ਉਹਦੇ ਥੱਲੇ 16 ਲੀਟਰ ਦੁੱਧ ਤਿਆਰ ਆ ਇਸ ਟਾਈਮ ਵੀ ਠੀਕ ਆ ਸੰਧੂ ਸਾਹਿਬ ਅੱਜ ਤੋਂ ਕੋਈ 20 ਦਿਨ ਪਹਿਲਾਂ ਜਦੋਂ ਆਪਣੇ ਮੈਰਿਜ ਸੀ ਘਰੇ ਸਿਸਟਰ ਦੀ ਠੀਕ ਆ ਠੀਕ ਆ ਉਹਦੇ ਬਾਪੂ ਆਇਆ ਸੀ ਅਸੀਂ ਉਹ ਬੰਦਿਆਂ ਨੂੰ ਫੋਨ ਲਾਇਆ ਉਹ ਗੁਰਦੁਆਰਾ ਸਾਹਿਬ ਗਈ ਆ ਉੱਤਰਾਖੰਡ 'ਚ ਠੀਕ ਆ ਠੀਕ ਆ
ਤੇ ਉੱਥੇ ਉਹ 16 ਕਿਲੋ ਦੁੱਧ ਤਿਆਰ ਕਰ ਗਈ ਤੇ ਬਾਪੂ ਦੇ ਘਰੇ ਉਹਨੇ ਕਰਮ ਵਾਲੀ ਨੇ ਜੀ ਨਹੀਂ ਲਾਇਆ, ਪੱਠੇ ਨਹੀਂ ਖਾਦੇ, ਦਾਣਾ ਨਹੀਂ ਚੱਕਿਆ ਬਿਲਕੁਲ ਵੀ। ਉਹ ਝੋਟੀ ਇੱਕ ਆਪਣੀ ਕੋਈ ਜਿੱਦਾਂ ਦੇ ਸੰਧੂ ਡੇਅਰੀ ਫਾਰਮ ਤੇ ਵੀਡੀਓ ਕਰਨ ਲੱਗਿਆ ਬਾਈ, ਕੋਈ 250 ਤੋਂ 300 ਮੱਝ ਵੇਚੀ ਹੋਊਗੀ, ਉਹਨਾਂ ਦੇ ਵਿੱਚੋਂ ਸਿਰਫ ਇੱਕ ਮੱਝ ਆਪਣੀ ਵਾਪਸ ਆਈ ਹੈ ਮੁੜ ਕੇ, ਉਹ ਝੋਟੀ ਉਹ ਵੀ ਕੋਈ ਦੁੱਧ ਪੱਖੋਂ ਨਹੀਂ ਮੁੜ ਕੇ ਆਈ ਸੀ ਵੀ ਉਹਨੇ ਜੀ ਨਹੀਂ ਸੀ ਲਾਇਆ, ਕੁਛ ਖਾਧਾ ਪੀਤਾ ਨਹੀਂ, ਪੱਠੇ ਇੱਕ ਸਿਰਫ ਜਿਉਣ ਜੋਗੇ ਖਾਣ ਨੂੰ ਤਿਆਰ ਸੀਗੀ, ਉਹ ਨਹੀਂ ਖਾਂਦੀ ਸੀਗੀ ਤੇ ਆਪਣੇ ਕੋਲੇ ਆ ਕੇ ਚਲੋ ਠੀਕ ਵੀ ਹੋ ਗਈ, ਉਹਨੂੰ ਕੋਈ ਭੁੱਖ ਵਾਲੀਆਂ ਦਵਾਈਆਂ ਦਿੱਤੀਆਂ, ਉਹਨੂੰ ਕੋਈ ਲੀਵਰ ਟੋਨਿਕ ਦਿੱਤੇ, ਦੁੱਧ ਵਧੀਆ 11-12 ਕਿਲੋ ਤਿਆਰ ਕਰਿਆਈ ਸੀ ਹਫ਼ਤੇ ਦੇ ਵਿੱਚ ਹੀ, ਅਤੇ ਉਹ ਗਈ ਸੀ ਬਾਪੂ ਕੋਲ 1,42,000 ਦੀ ਗਈ ਸੀ, ਉੱਥੇ ਆਪਾਂ 1.5 ਲੱਖ ਰੁਪਏ 'ਚ ਪਹੁੰਚ ਕਰਕੇ ਦਿੱਤੀ ਉੱਤਰਾਖੰਡ 'ਚ ਬਾਈ, 7-8 ਹਜ਼ਾਰ ਕਿਰਾਇਆ ਹੋ ਗਿਆ, ਕਿਰਾਇਆ ਹੋ ਗਿਆ ਅਤੇ ਉੱਥੇ 16 ਕਿਲੋ ਦੁੱਧ ਤਿਆਰ ਆ ਉਹਦੇ ਥੱਲੇ ਬਾਈ। ਲੈ ਠੀਕ ਹੈ ਮੈਨੇ ਫਿਰ ਬਾਈ, ਠੀਕ ਹੈ ਜੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਧੰਨਵਾਦ ਜੀ, ਥੈਂਕ ਯੂ।